ਇਟਸ ਯੂਅਰ ਬੋਡੀ ਹੋਲੀ ਬਾਬਾ। ਉਹਨੇ ਕਿਹਾ ਕਿ ਤੁਹਾਨੂੰ ਹੁਣ ਸ਼ਾਦੀ ਕਰਾ ਲੈਣੀ ਚਾਹੀਦੀ ਹੈ। ਮੈਂ ਕਿਹਾ ਯਾਰ ਮੇਰੇ ਨਾਲ ਕਿਹਨੇ ਸ਼ਾਦੀ ਕਰਾਉਣੀ ਹੈਗੀ ਆ। ਗੁਰਪ੍ਰੀਤ ਨਾਲ ਗੱਲ ਕੀਤੀ ਕਿ ਇਸ ਕਿਸਮ ਦਾ ਇੱਕ ਵਿਅਕਤੀ ਹੈਗਾ ਵੀ ਕਿਵੇਂ ਲੱਗੂ। ਉਹ ਕਹਿੰਦੀ ਠੀਕ ਹੈ, ਸਿੰਪਲ ਹੋਇਆ ਸੀ, ਚਾਰ ਪੰਜ ਲੋਕ ਗਏ ਸੀਗੇ ਅਤੇ ਇੱਕ ਦੂਜੇ ਦੇ ਹਾਰ ਪਾਏ ਸੀਗੇ, ਕਿਸੇ ਕਿਸਮ ਦੀ ਧਾਰਮਿਕ ਰਸਮ ਨਹੀਂ ਸੀ ਹੋਈ, ਕੋਈ ਲੈਣ ਦੇਣ ਨਹੀਂ ਸੀ ਹੋਇਆ। ਮੈਨੂੰ ਨਹੀਂ ਲੱਗਦਾ ਇਹ ਜਿਵੇਂ ਇਹਨਾਂ ਨੇ ਕਹਿਤਾ ਉਮਰ ਆ, ਮੈਨੂੰ ਨਹੀਂ ਲੱਗਦਾ ਅਸੀਂ ਬੁੱਢੇ ਹੋ ਗਏ ਅਸੀਂ ਕੰਮ ਕਰਦੇ ਰਹੋ। ਦੁਬਈ ਜਾਣ ਦਾ ਮੌਕਾ ਮਿਲਿਆ, ਮੈਂ ਉੱਥੇ 3-4 ਸਾਲ ਲੇਬਰ ਵੀ ਕੀਤੀ ਅਤੇ ਫਿਰ ਮੈਂ ਜਦੋਂ ਘਰ ਆ ਗਿਆ ਤਾਂ ਘਰ ਆ ਕੇ ਮੈਂ ਇੱਕ ਪ੍ਰਿੰਟਿੰਗ ਪ੍ਰੈਸ ਚਮਕੌਰ ਸਾਹਿਬ ਲਾਈ, ਜਿਹਦੇ 'ਚ ਉਹ ਪ੍ਰਿੰਟਿੰਗ ਪ੍ਰੈਸ ਮੈਂ ਲਾਈ ਕਰਦਾ ਸੀ, ਦਿਨ ਰਾਤ ਬਹੁਤ ਮਿਹਨਤ ਕੀਤੀ, ਪਰ ਮੈਨੂੰ ਉਹ ਕੰਮ ਮੇਰਾ ਸੰਤੁਸ਼ਟੀ ਨਹੀਂ ਸੀ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਪੱਕੇ ਤੌਰ 'ਤੇ ਨਾਸਤਿਕ ਹੋ ਗਿਆ। ਇੱਕ ਇਨਕਲਾਬੀ ਜਥੇਬੰਦੀ ਦਾ ਇੱਕ ਹੋਲ ਟਾਈਮਰ ਕੰਮ ਕਾਰਕੁਨ ਬਣ ਗਿਆ, ਜਿਹਦੇ 'ਚ ਮੇਰੇ ਮਨ 'ਚ ਇਹ ਸੀ ਕਿ ਸਾਡੇ ਦੇਸ਼ ਦੇ ਵਿੱਚ ਜੋ ਕੁਛ ਗਲਤ ਮਲਤ ਹੁੰਦਾ ਹੈਗਾ ਇਹਨੂੰ ਠੀਕ ਕਰਨਾ। ਸਾਡੇ ਸਕੂਲ ਦੇ ਵਿੱਚ ਇੱਕ 2006 ਦੇ ਵਿੱਚ ਇੱਕ ਲੜਕੀ ਨੇ ਨੋਨ ਮੈਡੀਕਲ ਦੇ ਨਾਲ ਪਲੱਸ ਟੂ ਕੀਤਾ ਸੀਗਾ ਅਤੇ ਉਹ ਲੜਕੀ ਇਸ ਵੇਲੇ ਜਿਹੜੇ ਹੁਣੇ ਪੀ ਸੀ ਐੱਸ ਜੁਡੀਸ਼ੀਅਲ ਦੇ ਨਤੀਜੇ ਆਏ ਆ ਤਾਂ ਉਸ ਦੇ ਵਿੱਚ ਉਹ ਜੱਜ ਚੁਣੀ ਗਈ ਆ। ਉਹ ਮੈਂ ਤਾਂ ਸਾਈਕਲ 'ਤੇ ਜਾ ਰਿਹਾ ਸੀ ਅਤੇ ਮੈਨੂੰ ਕਿਸੇ ਵੱਡੀ ਸਾਰੀ ਗੱਡੀ ਵਾਲੇ ਬੱਚੇ ਨੇ ਰੋਕਿਆ, ਉਹਨੇ ਮੈਂ ਉਹਨੂੰ ਪਛਾਣ ਨਹੀਂ ਸਕਿਆ, ਮੇਰੇ ਪੈਰੀਂ ਹੱਥ ਲਾਇਆ ਅਤੇ ਜਦੋਂ ਮੈਂ ਪੁੱਛਿਆ ਬੱਚੇ ਤੂੰ ਕੌਣ ਹੈ, ਕਿ ਮੈਂ ਇਸ ਵੇਲੇ ਪਾਇਲਟ ਹਾਂ। ਅਤੇ ਜੇ ਕਿਸੇ ਨੇ ਕਰੋੜਾਂ ਰੁਪਈਆ ਲਾ ਕੇ ਸੜਕ ਦੇ ਉੱਤੇ ਬਹੁਤ ਵਧੀਆ ਸ਼ੀਸ਼ਿਆਂ ਵਾਲੀ ਇਮਾਰਤ ਬਣਾ ਦਿੱਤੀ ਅਤੇ ਉੱਥੇ CBSE ICSE ਦਾ ਫੱਟਾ ਲਾ ਦਿੱਤਾ ਅਤੇ ਲੋਕਾਂ ਨੂੰ ਤਾਂ ਇਹ ਲੱਗਣ ਜਾਂਦਾ ਵੀ ਸ਼ਾਇਦ ਇਮਾਰਤ ਨੇ ਹੀ ਸਾਡੇ ਬੱਚੇ ਨੂੰ ਪੜ੍ਹਾ ਦੇਣਾ ਹੈ। ਤੁਸੀਂ ਸਕੂਲ ਚਲਾ ਰਹੇ ਹੋ, ਪੰਜਾਬ 'ਚ ਸਕੂਲ ਧੜਾਧੜ ਖੁੱਲ੍ਹ ਰਹੇ ਆ, ਕਾਲਜ ਖੁੱਲ੍ਹ ਰਹੇ ਆ, ਪਰ ਬੱਚਿਆਂ ਦਾ ਰੁਝਾਨ ਅੱਜ ਕੱਲ੍ਹ ਹੋ ਗਿਆ ਆਇਲਸ ਵੱਲ, ਆਇਲਸ ਕਰਕੇ ਵਿਦੇਸ਼ ਜਾਣਾ ਚਾਹੁੰਦੇ। ਕੀ ਤੁਹਾਨੂੰ ਲੱਗਦਾ ਕੀ ਕਾਰਨ ਆ ਕਿ ਸਾਡੇ ਦੇਸ਼ ਦੇ ਬੱਚੇ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦੇ? ਇਹ ਬਹੁਤ ਵੱਡਾ ਘਾਟਾ ਹੈ, ਇਹ ਜਿਹੜਾ ਘਾਟਾ ਹੈਗਾ ਇਹ ਘਾਟਾ ਅੱਜ ਸਾਨੂੰ ਮਹਿਸੂਸ ਨਹੀਂ ਹੋ ਰਿਹਾ, ਪਰ ਇੰਨਾ ਵੱਡਾ ਘਾਟਾ ਕਿ ਇਹਦੀ ਪੂਰਤੀ ਕੋਈ ਨਹੀਂ ਹੈਗੀ। ਸਾਡੇ ਆਪਣੇ ਬੱਚੇ ਬਾਹਰ ਨੇ, ਅਸੀਂ ਇੱਥੇ ਹੈਗੇ ਹਾਂ, ਮਤਲਬ ਸਾਡੇ ਵਰਗੇ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ। ਮੈਂ 60 ਖੂਨਦਾਨ ਕੀਤਾ ਹੈਗਾ, ਆਪਣੀ ਪ੍ਰੋਪਰਟੀ ਦਾ ਵੱਡਾ ਹਿੱਸਾ ਦਾਨ ਕੀਤਾ ਹੈਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਮੀਤ ਬਰਾੜ ਜੋ ਕਰਦਾ ਸਭ ਦਾ ਦਿਲੋਂ ਸਤਿਕਾਰ ਅਤੇ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਹਿੰਦਾ ਵੈਲਕਮ ਜਨਾਬ, ਵੈਲਕਮ ਜਨਾਬ। ਸੋ ਦੋਸਤੋ, ਹੁਣ ਆਪਾਂ ਪਹੁੰਚੇ ਹਾਂ RICC ਸਕੂਲ, ਜਿੱਥੇ ਗੁਰਪ੍ਰੀਤ ਕੌਰ ਭੰਗੂ ਮੈਮ ਅਤੇ ਉਹਨਾਂ ਦੇ ਹਸਬੈਂਡ ਸਵਰਨ ਸਿੰਘ ਭੰਗੂ ਜੀ ਸੇਵਾ ਭਾਵਨਾ ਨਾਲ ਸੇਵਾ ਕਰ ਰਹੇ। ਆਪਾਂ ਉਹਨਾਂ ਤੋਂ ਜਾਣਾਂਗੇ ਕਿਸ ਤਰ੍ਹਾਂ ਇੱਥੇ ਉਹ ਕੰਮ ਕਰ ਰਹੇ। ਸਰ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਸਾਰੇ ਜਨ। ਮਿਹਰਬਾਨੀ ਜੀ, ਥੈਂਕ ਯੂ। ਸਰ ਤੁਸੀਂ ਦੱਸੋ ਕਿ ਇੱਥੇ ਕਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਕੰਮ ਜੀ, ਕੀ ਤੁਹਾਡਾ ਡੈਜ਼ੀਗਨੇਸ਼ਨ ਕੀ ਹੈ ਜੀ? ਮੈਂ ਇਸ ਵੇਲੇ ਸਕੂਲ ਦਾ ਡਾਇਰੈਕਟਰ ਹੈਗਾ ਜੀ। ਅੱਛਾ ਜੀ, ਅਤੇ ਅਸਲ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਸਕੂਲ ਕਿਸ ਤਰ੍ਹਾਂ ਹੋਂਦ ਦੇ ਵਿੱਚ ਆਇਆ। ਠੀਕ ਹੈ ਜੀ। ਇਹ ਹੈ ਜੀ ਵੀ ਅਸੀਂ ਬਹੁਤ ਪਹਿਲਾਂ ਤੋਂ ਇੱਕ ਬੱਚਿਆਂ ਦਾ ਮੇਲਾ ਕਰਦੇ ਹੁੰਦੇ ਸੀ, ਜਿਹਦੇ 'ਚ ਕਮਲਜੀਤ ਨੀਲੋਂ ਜਾਂ ਹੋਰ ਜਿਹੜੇ ਕਲਾਕਾਰ ਹੈਗੇ ਉਹ ਆਉਂਦੇ ਹੁੰਦੇ ਸੀ, ਅਤੇ ਹਰ ਸਾਲ ਕੋਈ ਇਲਾਕੇ ਦੇ ਦਰਜਨਾਂ ਸਕੂਲਾਂ ਦੇ ਬੱਚਿਆਂ ਨੂੰ ਅਸੀਂ ਉੱਥੇ ਇਕੱਠਾ ਕਰਦੇ, ਬਹੁਤ ਅੱਛਾ ਮੇਲਾ ਹੁੰਦਾ ਸੀ, ਜਾਂ ਬੱਚੇ ਸਲੋਗਨ ਆਪਣੇ ਨਾਅਰੇ ਮਾਰਦੇ ਹੋਏ ਬਾਜ਼ਾਰ ਦੇ ਵਿੱਚੋਂ ਦੀ ਲੰਘਦੇ ਹੁੰਦੇ, ਉਹਨੂੰ ਅਸੀਂ ਮਿਸਾਲ ਦੇ ਤੌਰ 'ਤੇ ਕਹਿੰਦੇ ਹੁੰਦੇ ਸੀ, ਮਿਸਾਲ 98, ਮਿਸਾਲ 99, ਮਿਸਾਲ 2001, ਇਸ ਤਰ੍ਹਾਂ ਦਾ ਹੈ। ਅਤੇ ਉਹ ਲਗਾਤਾਰ ਜਦ ਅਸੀਂ 8-10 ਸਾਲ ਮੇਲਾ ਕੀਤਾ ਤਾਂ ਉਸ ਤੋਂ ਬਾਅਦ ਇੱਕ ਵਾਰ ਸਾਡੇ ਧਿਆਨ 'ਚ ਆਇਆ ਕਿ ਅਸੀਂ ਥੋੜ੍ਹਾ ਜਿਹਾ ਬੱਚਿਆਂ ਨੂੰ ਇਹ ਪੁੱਛੀਏ ਕਿ ਉਹਨਾਂ ਦੀਆਂ ਪੇਂਡੂ ਵਿੱਦਿਆ ਦੀਆਂ ਦਿੱਕਤਾਂ ਕੀ ਨੇ, ਜਿਹਦੇ 'ਚ ਅਸੀਂ 1996 ਦੇ ਵਿੱਚ ਇਲਾਕੇ ਦੇ 7-8 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੋਈ ਦਰਜਨਾ ਕੁਐਸਚਨ ਦੇ ਕੇ ਉਹਨਾਂ ਤੋਂ ਪੁੱਛਿਆ ਕਿ ਪੇਂਡੂ ਵਿੱਦਿਆ ਦੀਆਂ ਦਿੱਕਤਾਂ ਕੀ ਨੇ, ਤਾਂ ਉਹਨਾਂ ਨੇ ਸਾਰਿਆਂ ਨੇ ਸਾਨੂੰ ਦਿੱਕਤਾਂ ਨੋਟ ਕਰਾਈਆਂ, ਜਿਹੜੀਆਂ ਅਸੀਂ ਇੱਕ ਕਿਤਾਬ ਦੇ ਵਿੱਚ ਕੰਪਾਈਲ ਕੀਤੀਆਂ, ਜਿਹਦਾ ਨਾਂ ਸੀ ਸਾਡੀ ਵੀ ਸੁਣੋ। ਅਤੇ ਉਸ ਤੋਂ ਬਾਅਦ ਉਸ 'ਤੇ ਇੱਕ ਹੱਦ ਤੱਕ ਚਰਚਾ ਹੋਈ, ਅਖਬਾਰਾਂ 'ਚ ਖਬਰਾਂ ਲੱਗੀਆਂ, ਵਿਚਾਰ ਗੋਸ਼ਟੀਆਂ ਹੋਈਆਂ। ਇਸ ਤੋਂ ਬਾਅਦ ਸਾਡੇ ਮਨ 'ਚ ਆਇਆ ਕਿ ਆਹ ਤਾਂ ਸਾਰਾ ਕੁਛ ਹੋ ਗਿਆ, ਵੀ ਕਿਉਂ ਨਾ ਅਸੀਂ ਇੱਕ ਮਾਡਲ ਖੜ੍ਹਾ ਕਰੀਏ, ਇੱਕ ਇਸ ਤਰ੍ਹਾਂ ਦਾ ਕੋਈ ਪੇਂਡੂ ਸਿੱਖਿਆ ਦੇ ਵਿੱਚ ਸੰਸਥਾ ਖੜ੍ਹੀ ਕਰੀਏ ਜਿਹੜੀ ਨਾ ਤਾਂ ਸਰਕਾਰੀਆਂ ਵਰਗੀ ਹੋਵੇ, ਜਿਹਦੇ 'ਚ ਕਈ ਕਿਸਮ ਦੀਆਂ ਅਣਗਹਿਲੀਆਂ ਹੈਗੀਆਂ, ਸਾਰਾ ਕੁਛ ਹੈਗਾ, ਅਤੇ ਨਾ ਹੀ ਕੋਈ ਪ੍ਰਾਈਵੇਟਾਂ ਵਰਗੀ ਲੁੱਟ ਹੋਵੇ ਨਿੱਜੀ ਸਕੂਲਾਂ ਵਰਗੀ। ਕਿ ਜਦੋਂ ਅਸੀਂ ਸਕੂਲ ਖੋਲ੍ਹ ਲਿਆ ਪਤਾ ਨਹੀਂ ਸੀ ਸਾਨੂੰ ਕੁਛ, ਅਤੇ ਜਦੋਂ ਕਿ ਪੇਂਡੂ ਏਰੀਏ ਦੇ ਵਿੱਚ ਬੋਰਡ ਨੂੰ ਹੀ 3 ਏਕੜ ਜ਼ਮੀਨ ਚਾਹੀਦੀ ਸੀ ਐਫੀਲੀਏਸ਼ਨ ਦੇਣ ਦੇ ਲਈ, ਉਹਦੇ ਵਿੱਚ ਉਹ ਚੌਧਰੀ ਤੀਰਥ ਰਾਮ
ਜਿੰਨੀ ਉਹ ਥੋੜ੍ਹੀ ਜਿਹੀ ਬਾਹਰੋਂ ਦਿਲਚਸਪੀ ਲੈਂਦਾ ਹੁੰਦਾ ਸੀ ਕਿ ਯਾਰ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ, ਬੜੇ ਅੱਛੇ ਸਲੋਗਨ ਲਿਖੇ ਨੇ ਸਕੂਲ ਦੇ ਵਿੱਚ, ਤਾਂ ਮੈਂ ਉਹਨੂੰ ਕਿਹਾ ਕਿ ਸਾਡੀ ਚੌਧਰੀ ਸਾਹਿਬ ਇੱਕ ਦਿੱਕਤ ਹੈ, ਉਸ ਦਿੱਕਤ ਨੂੰ ਉਹਨੇ ਸਮਝ ਕੇ ਆਪਣੀ 2 ਏਕੜ ਜ਼ਮੀਨ ਸਾਡੀ ਪ੍ਰਬੰਧਕੀ ਕਮੇਟੀ ਦੇ ਨਾਂ ਲਵਾਤੀ ਸੀ ਉਸ ਵੇਲੇ, ਜਿਹਦੇ ਕਰਕੇ ਸਾਨੂੰ ਅਫੀਲੀਏਸ਼ਨ ਮਿਲ ਗਈ। ਅਤੇ ਉਸ ਤੋਂ ਬਾਅਦ ਭਾਵੇਂ ਅਸੀਂ 8-10 ਸਾਲ ਪਿੱਛੋਂ ਜਦੋਂ ਇਸ ਸਕੂਲ ਦੇ ਨਾਲ 2 ਏਕੜ ਜ਼ਮੀਨ ਹੋਰ ਜੁੜ ਗਈ, ਉਹ ਜ਼ਮੀਨ ਅਸੀਂ ਉਹਨਾਂ ਨੂੰ ਮੋੜਤੀ, ਅਤੇ ਉਸ ਤੋਂ ਬਾਅਦ ਜਿੰਨੀ ਇਹ ਕਹਿ ਲਓ ਵੀ ਸਾਡਾ ਇੱਕ ਸਟਾਰਟਅਪ ਅੱਛਾ ਹੋ ਗਿਆ। ਤੁਹਾਡੇ ਤੋਂ ਇਹ ਹੁਣ ਪੁੱਛਣਾ ਚਾਹੂੰਗਾ ਵੀ ਆਪਣੇ ਸਕੂਲ ਦੇ ਵਿੱਚ ਕਿੰਨੇ ਕੁ ਸਟੂਡੈਂਟ ਆ ਅਤੇ ਕੀ ਪ੍ਰਾਪਤੀਆਂ ਰਹੀਆਂ ਜੀ ਸਕੂਲ ਦੀਆਂ ਅਤੇ ਕਿੰਨੀਆਂ ਕੁ ਦਿੱਕਤਾਂ ਆਈਆਂ ਜੀ? ਹਾਂ, ਇਸ ਸਕੂਲ ਦੇ ਵਿੱਚ ਇਸ ਵੇਲੇ 400 ਵਿਦਿਆਰਥੀ ਪੜ੍ਹ ਰਿਹਾ ਹੈਗਾ, ਪਰ ਕਿਸੇ ਵੇਲੇ 500-550 ਵੀ ਰਿਹਾ ਹੈਗਾ। ਅਤੇ ਹੁਣ ਥੋੜ੍ਹੀ ਜਿਹੀ ਸਾਨੂੰ ਸਭ ਤੋਂ ਵੱਧ ਦਿੱਕਤ ਇਹ ਆ ਰਹੀ ਹੈਗੀ ਹੈ ਕਿ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਹ ਆਈਲੈਟਸ ਕਰਕੇ ਬਾਹਰ ਜਾਣ ਵੱਲ ਹੈਗਾ, ਅਤੇ ਉਹ ਇਹ ਸਮਝਿਆ ਜਾਂਦਾ ਕਿ ਆਈਲੈਟਸ ਦੇ ਵਧੀਆ ਬੈਂਡ ਉਹਨੂੰ ਹੀ ਆਉਂਦੇ ਜਿਹੜਾ CBSE ਸਕੂਲਾਂ ਦੇ ਵਿੱਚ ਪੜ੍ਹਿਆ ਹੋਵੇ, ਜਿਹਦੇ ਕਰਕੇ ਸਾਡੀ ਜਿਹੜੀ ਦਿਨ ਪਰ ਦਿਨ ਜਿਹੜੀ ਇਹ ਕਹਿ ਲਓ ਵੀ ਬੱਚਿਆਂ ਦੀ ਗਿਣਤੀ ਹੈਗੀ ਹੈ ਘੱਟਦੀ ਜਾ ਰਹੀ ਹੈ। ਅਤੇ ਹੁਣ ਪ੍ਰਬੰਧਕੀ ਕਮੇਟੀ ਨੇ ਇਹ ਫੈਸਲਾ ਲਿਆ ਹੈ, ਇਹਦੇ ਨਾਲ ਹੀ ਇੱਕ ਜਿਹੜਾ CBSE ਦਾ ਵਿੰਗ ਹੈਗਾ ਉਹ ਸ਼ੁਰੂ ਕੀਤਾ ਜਾਵੇ। ਨਹੀਂ, ਉਹ ਅਸੀਂ ਤਿਆਰੀਆਂ ਸ਼ੁਰੂ ਨੇ, ਕਿਉਂਕਿ ਉਹਦੀਆਂ ਮੁੱਢਲੀਆਂ ਫਾਰਮੈਲਿਟੀਜ਼ ਬਹੁਤ ਨੇ, ਉਹਦੇ 'ਚ ਇੱਕ CLU ਲੈਣਾ ਪੈਂਦਾ ਹੈਗਾ ਪੁੱਡਾ ਤੋਂ, ਉਹ ਅਸੀਂ ਲਿਆ, ਫਿਰ ਉਹ ਨਕਸ਼ੇ ਪਾਸ ਕਰਾਏ ਨੇ। ਇਹ ਸਾਰੀਆਂ ਬੜੀਆਂ ਫੀਸਾਂ ਨੇ, ਜਿਹੜੀ ਅਸੀਂ ਇਹ ਕਹਿ ਸਕਦੇ ਹਾਂ ਕਿ ਨਵੀਂ ਇਮਾਰਤ ਜਿਹੜੀ ਬਣਾਉਣੀ ਹੈ ਉਹਦੀ ਸਹਿਮਤੀ ਲੈਣ ਲਈ ਹੀ ਅਸੀਂ ਹੈਰਾਨਗੀ ਤੋਂ ਇਲਾਵਾ ਲਗਭਗ 5 ਲੱਖ ਰੁਪਈਆ ਹੁਣ ਤੱਕ ਖਰਚ ਕਰ ਚੁੱਕੇ। ਸਰ, ਜਿਵੇਂ ਇੰਨਾ ਸਕੂਲ ਚਲਾਉਣ ਲਈ ਖਰਚੇ ਹੁੰਦੇ ਆ, ਅਤੇ ਤੁਸੀਂ ਜਿਵੇਂ ਆਮ ਆਪਾਂ ਪ੍ਰਾਈਵੇਟ ਸਕੂਲਾਂ ਦੇ ਉੱਤੋਂ ਫੀਸਾਂ ਬਹੁਤ ਲੈਂਦੇ, ਫਿਰ ਤੁਸੀਂ ਕੋਈ ਜ਼ਿਆਦਾ ਖਰਚਾ ਵੀ ਨਹੀਂ ਲੈ ਰਹੇ ਕਿਸੇ ਤੋਂ, ਫਿਰ ਕਿਵੇਂ ਇਹਨੂੰ ਮੈਨੇਜ ਕਰ ਰਹੇ ਹੋ ਜੀ? ਹਾਂ, ਇਹਦੇ 'ਚ ਇਹ ਹੈ, ਮੈਂ ਇਹ ਸਮਝਦਾ ਚਾਹੇ ਇਹਦੀ 3 ਏਕੜ ਜ਼ਮੀਨ ਹੈਗੀ ਹੈ, ਚਾਹੇ ਇਹ ਸਾਰੀ ਇਮਾਰਤ ਲਗਭਗ ਜਿਹਦੇ 'ਚ 50 ਕਮਰੇ ਬਣੇ ਹੋਏ ਨੇ, ਅਤੇ ਇਹ ਤੁਸੀਂ ਇਹ ਕਹਿ ਲਓ ਵੀ ਇਹ ਸਾਰੀ ਦੀ ਸਾਰੀ ਦਾਨ 'ਤੇ ਉਸਰੀ ਹੋਈ ਹੈਗੀ ਹੈ। ਅਤੇ ਦਾਨ ਕੋਈ ਐਵੇਂ ਨਹੀਂ ਦਿੰਦਾ, ਦਾਨੀ 2 ਚੀਜ਼ਾਂ ਦੇਖਦੇ ਨੇ ਕਿ ਉਹ ਕਿਹਨੂੰ ਦੇ ਰਹੇ ਅਤੇ ਕਿਸ ਪਰਪਜ਼ ਲਈ ਦੇ ਰਹੇ ਨੇ, ਅਤੇ ਜੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ 1-1 ਪੈਸੇ ਨਾਲ ਇਨਸਾਫ ਹੁੰਦਾ ਤਾਂ ਉਹ ਤੁਹਾਡੀ ਹਮੇਸ਼ਾ ਤੁਹਾਡੀ ਬਾਂਹ ਬਣ ਜਾਂਦੇ ਨੇ, ਤੁਹਾਨੂੰ ਉਹ ਸਹਾਰਾ ਦਿੰਦੇ ਨੇ। ਸੋ ਇਸ ਕਰਕੇ ਭਾਵੇਂ ਇਸ ਸੰਸਥਾ ਦੀ 1-1 ਇੱਟ ਜਿਹੜੀ ਹੈਗੀ ਹੈ ਮੇਰੀ ਅੱਖ ਦੇ ਅੱਗਿਓਂ ਨਿਕਲੀ ਹੋਈ ਹੈ, ਪਰ ਮੈਂ 1 ਵੀ ਇੱਟ 'ਤੇ ਆਪਣਾ ਕਲੇਮ ਨਹੀਂ ਕਰਦਾ ਹੈਗਾ। ਮੈਂ ਜਦੋਂ ਤੋਂ ਇਹ ਸਕੂਲ ਬਣਿਆ ਉਸ ਸਮੇਂ ਤੋਂ ਮੈਂ ਸਕੂਲ ਦੀ ਅਗਵਾਈ ਕਰ ਰਿਹਾ ਹੈਗਾ ਡਾਇਰੈਕਟਰ ਦੇ ਤੌਰ 'ਤੇ, ਅਤੇ ਮੈਂ ਅੱਜ ਤੱਕ ਇਹ ਕਹਿ ਲਓ ਵੀ 1 ਵੀ ਪੈਸਾ ਸਕੂਲ ਦੇ ਵਿੱਚੋਂ ਨਹੀਂ ਲਿਆ ਹੈਗਾ। ਅਤੇ ਸਾਡੀ ਪ੍ਰਬੰਧਕੀ ਕਮੇਟੀ ਹੀ ਨਹੀਂ ਚਾਹੁੰਦੀ ਕਿ ਅਸੀਂ ਇਹ ਸਕੂਲ ਦੇ ਪੈਸਿਆਂ ਵੱਲ ਦੇਖਣਾ, ਜੇ ਕੋਈ ਪੈਸਾ ਸਾਨੂੰ ਬਚਦਾ ਹੈਗਾ ਉਹਦੇ ਵਿੱਚ ਸਕੂਲ ਦਾ ਕੋਈ ਨਾ ਕੋਈ ਵਸਤੂ ਬਣਾ ਦਿੰਦੇ ਹਾਂ, ਜਾਂ ਇਹ ਕਹਿ ਲਓ ਵੀ ਜਿਹੜੇ ਲੋੜਵੰਦ ਪਰਿਵਾਰਾਂ ਦੇ ਬੱਚੇ ਸਾਡੇ ਕੋਲ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੇ ਬੱਚੇ ਜਿਹੜੇ ਹੈਗੇ ਆ ਫਰੀ ਆਫ ਕੋਸਟ ਪੜ੍ਹਦੇ ਨੇ ਜਾਂ ਸਹਾਇਤਾ ਨਾਲ ਪੜ੍ਹਦੇ ਨੇ, ਅਤੇ ਉਹ ਜੇ ਉਹ ਬੱਚੇ ਹਾਇਰ ਐਜੂਕੇਸ਼ਨ ਦੇ ਵਿੱਚ ਜਾਂਦੇ ਨੇ ਜਾਂ ਜਾਣਾ ਚਾਹੁੰਦੇ ਆ ਉੱਥੇ ਵੀ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ। ਗੁਰਪ੍ਰੀਤ ਕੌਰ ਭੰਗੂ ਮੈਮ, ਉਹਨਾਂ ਦਾ ਵੀ ਕਾਫੀ ਯੋਗਦਾਨ ਤੁਸੀਂ ਮੰਨਦੇ ਹੋ ਜੀ ਇੱਥੇ ਹੈਗਾ ਜੀ? ਬਿਲਕੁਲ, ਕਿਉਂਕਿ ਉਹਨਾਂ ਦੇ ਯੋਗਦਾਨ ਤੋਂ ਬਿਨਾਂ ਤਾਂ ਕੁਛ ਹੋ ਨਹੀਂ ਸੀ ਸਕਦਾ, ਕਿਉਂਕਿ ਮੈਂ ਇਹ ਸੰਸਥਾ ਦੇ ਲਈ ਦਿਨ ਰਾਤ ਇੱਕ ਕੀਤਾ, ਅਤੇ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ, ਅਤੇ ਮੇਰੇ ਨਾਲ ਖੜ੍ਹੇ ਨੇ, ਹੁਣ ਤਾਂ ਉਹ ਪ੍ਰਬੰਧਕੀ ਕਮੇਟੀ ਦੇ ਵਿੱਚ ਮੈਂਬਰ ਵੀ ਹੈਗੇ ਨੇ, ਅਤੇ ਉਹ ਸਕੂਲ ਦਾ ਹਰ ਵੇਲੇ ਫਿਕਰ ਕਰਦੇ ਨੇ। ਹਾਂਜੀ, ਕਾਫੀ ਸੇਵਾ ਭਾਵਨਾ ਤੁਹਾਡਾ ਪਰਿਵਾਰ ਆਪਾਂ ਕਹਿ ਸਕਦੇ ਹਾਂ ਨਾ ਜੀ ਨਿਭਾ ਰਿਹਾ, ਅਤੇ ਪਿਛਲੀ ਦਿਨੀ ਤੁਹਾਡੇ ਸਕੂਲ ਦੀ ਪੜ੍ਹੀ ਹੋਈ ਇੱਕ ਬੱਚੀ ਹੈ ਨਾ ਜੱਜ ਬਣੀ, ਉਹਦੇ ਬਾਰੇ ਵੀ ਦੱਸੋ ਜੀ। ਹਾਂ, ਸਾਡੇ ਸਕੂਲ ਦੇ ਵਿੱਚ ਇੱਕ 2006 ਦੇ ਵਿੱਚ ਇੱਕ ਲੜਕੀ ਨੇ ਨੌਨ ਮੈਡੀਕਲ ਦੇ ਨਾਲ +2 ਕੀਤਾ ਸੀਗਾ, ਅਤੇ ਉਹ ਲੜਕੀ ਇਸ ਵੇਲੇ ਜਿਹੜੇ ਹੁਣੇ PCS ਜੁਡੀਸ਼ਲ ਦੇ ਨਤੀਜੇ ਆਏ ਆ, ਤਾਂ ਉਸ ਦੇ ਵਿੱਚ ਉਹ ਜੱਜ ਚੁਣੀ ਗਈ ਆ। ਉਹ ਲੜਕੀ ਸਾਡੇ ਕੋਲ ਆ ਹੁਣੇ, ਜਲਦੀ ਸਾਡੇ ਕੋਲ ਆ ਰਹੀ ਆ, ਅਸੀਂ ਸਕੂਲ ਵੱਲੋਂ ਉਹਦਾ ਮਾਣ ਸਨਮਾਨ ਵੀ ਕਰ ਰਹੇ ਹੈਗੇ ਹਾਂ। ਇਸ ਤੋਂ ਇਲਾਵਾ ਜਾਨੀ ਪ੍ਰਾਪਤੀਆਂ ਦੇ ਹਿਸਾਬ ਨਾਲ ਤਾਂ ਹੈਰਾਨ ਹੀ ਹੋ ਜਾਈਦਾ। ਇੱਕ ਵਾਰ ਮੈਂ ਤਾਂ ਸਾਈਕਲ 'ਤੇ ਜਾ ਰਿਹਾ ਸੀ, ਅਤੇ ਮੈਨੂੰ ਕਿਸੇ ਵੱਡੀ ਸਾਰੀ ਗੱਡੀ ਵਾਲੇ ਬੱਚੇ ਨੇ ਰੋਕਿਆ, ਉਹਨੇ ਮੈਂ ਉਹਨੂੰ ਪਛਾਣ ਨਹੀਂ ਸਕਿਆ, ਮੇਰੇ ਪੈਰੀਂ ਹੱਥ ਲਾਇਆ, ਅਤੇ ਜਦੋਂ ਮੈਂ ਪੁੱਛਿਆ ਬੱਚੇ ਤੂੰ ਕੌਣ ਹੈ, ਤਾਂ ਉਹਨੇ ਕਿਹਾ ਕਿ ਮੈਂ ਤੁਹਾਡਾ ਫਲਾਨਾ ਬੱਚਾ ਹੈਗਾ, ਆਪਣਾ ਨਾਂ ਦੱਸਿਆ, ਅਤੇ ਨਾਲੇ ਵੀ ਦੱਸਿਆ ਕਿ ਮੈਂ ਇਸ ਵੇਲੇ ਪਾਇਲਟ ਹੈਗਾ। ਅਤੇ ਇੱਕ ਜਿਹੜਾ ਬਹੁਤ ਜ਼ਿਆਦਾ ਅਸਰ ਹੈਗਾ ਉਹ ਵਾਲੇਸੀ ਸਖੋਮਲਿੰਸਕੀ ਹੈਗਾ ਜੀ, ਉਹ ਰਸ਼ੀਆ ਦਾ ਵਿੱਦਿਆ ਵਿਗਿਆਨੀ ਹੋਇਆ, ਜਿਹੜਾ ਘੱਟੋ ਘੱਟ 40 ਵਰ੍ਹੇ ਬੱਚਿਆਂ ਸਕੂਲਾਂ ਦਾ ਡਾਇਰੈਕਟਰ ਰਿਹਾ। ਉਹਨੇ ਆਪਣੇ ਤਜ਼ਰਬਿਆਂ ਦੇ ਆਧਾਰ ਦੇ ਉੱਤੇ ਇੱਕ ਕਿਤਾਬ ਛਾਪੀ ਸੀਗੀ, ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ, ਉਹਦਾ ਤਾਂ ਮੇਰੇ ਬੜਾ ਅਸਰ ਸੀ। ਅਤੇ ਉਹ ਆਪਣੀ ਕਿਤਾਬ ਦੇ ਵਿੱਚ ਜਾਂ ਆਪਣੀ ਸਿੱਖਿਆ ਦਾ, ਆਪਣੀ ਸਮਝ ਦਾ, ਆਪਣੀ ਇਹ ਕਹਿ ਲਓ ਵੀ ਜੋ ਉਹਦੀ ਖੋਜ ਦਾ ਨਿਚੋੜ ਹੀ ਇਹ ਹੈ
ਕਿ ਜੇ ਤੁਸੀਂ ਇੱਕ ਬੱਚੇ ਨੂੰ ਇੱਕ ਵਿਦਿਆਰਥੀ ਨੂੰ ਬੱਚੇ ਦੇ ਰੂਪ 'ਚ ਦੇਖੋਗੇ ਵਿਦਿਆਰਥੀ ਦੇ ਰੂਪ ਦੇ ਵਿੱਚ ਦੇਖੋਗੇ ਤਾਂ ਉਹਦੇ ਨਾਲ ਇਨਸਾਫ ਨਹੀਂ ਕਰ ਸਕੋਗੇ। ਇੱਕ ਬੱਚੇ ਨੂੰ ਆਉਣ ਵਾਲੇ ਸਮੇਂ ਦੇ ਭਵਿੱਖ ਦੇ ਇਨਸਾਨ ਵਜੋਂ ਦੇਖੋ ਅਤੇ ਇੱਕ ਜ਼ਿੰਮੇਵਾਰੀ ਲਓ ਕਿ ਮੈਂ ਆਪਣੇ ਵਿਦਿਆਰਥੀ ਨੂੰ ਇੱਕ ਚੰਗੇ ਇਨਸਾਨ ਦੇ ਵਿੱਚ ਤਬਦੀਲ ਕਰਨਾ ਹੈਗਾ। ਸੋ ਇਹ ਸਾਰੀਆਂ ਜਦੋਂ ਮੇਰੇ ਕੋਲ ਸੀ, ਮੈਂ ਉਹ ਕਿਤਾਬ ਪੜ੍ਹੀ ਹੋਈ ਸੀ, ਸਕੂਲਾਂ ਨਾਲ ਜੁੜਿਆ ਹੋਇਆ ਸੀ, ਤਾਂ ਮੈਂ ਸਕੂਲਾਂ ਨੂੰ ਬਹੁਤ ਹਸਰਤ ਨਾਲ ਦੇਖਿਆ ਕਰਦਾ ਸੀਗਾ ਅਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਜੇ ਸ਼ਕਤੀ ਮੇਰੇ ਕੋਲ ਹੋਵੇ ਜਾਂ ਮੈਨੂੰ ਬੱਚਿਆਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਮੈਂ ਕਿਵੇਂ ਕਰਾਂ। ਸੋ ਇਹ ਸਾਰਾ ਕੁਛ ਮੇਰੇ ਨਾਲ ਨਾਲ ਸੀਗਾ, ਇਸੇ ਕਰਕੇ ਅਸੀਂ ਇਸ ਖੇਤਰ ਦੇ ਵਿੱਚ ਆਏ ਹਾਂ। ਸੋ ਜਿਵੇਂ ਤੁਸੀਂ ਇਸ ਤਰ੍ਹਾਂ ਦੀ ਸੇਵਾ ਭਾਵਨਾ ਨਾਲ ਜੁੜੇ ਹੋਏ ਹੋ, ਸੇਵਾ ਕਰ ਰਹੇ ਹੋ ਕਾਫੀ ਲੰਬੇ ਸਮੇਂ ਤੋਂ, ਜੇ ਆਪਾਂ ਤੁਹਾਡੇ ਬਚਪਨ ਦੀ ਗੱਲ ਕਰੀਏ, ਪਰਿਵਾਰ ਦੇ ਪਿਛੋਕੜ ਦੀ ਗੱਲ ਕਰੀਏ, ਸਾਨੂੰ ਥੋੜ੍ਹਾ ਜਿਹਾ ਉਹ ਵੀ ਦੱਸੋ, ਕਿਉਂਕਿ ਤੁਹਾਡੇ ਬਾਰੇ ਸਰੋਤੇ ਉਹ ਵੀ ਜਾਣਨਾ ਚਾਹੁੰਦੇ ਕਿਸ ਤਰ੍ਹਾਂ ਤੁਸੀਂ ਇਸ ਲਾਈਨ ਨਾਲ ਜੁੜੇ, ਪਰਿਵਾਰ 'ਚ ਆਪਣੇ ਕੌਣ ਕੌਣ ਆ, ਜਾਂ ਇਸ ਜਦੋਂ ਤੁਸੀਂ ਲਹਿਰ ਨਾਲ ਜੁੜੇ ਹੋ ਤਾਂ ਪਰਿਵਾਰ ਦੇ ਰਿਐਕਸ਼ਨ ਕਿਸ ਤਰ੍ਹਾਂ ਦੇ ਸੀਗੇ ਜੀ? ਅਸਲ ਦੇ ਵਿੱਚ ਮੈਂ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਵਿੱਚੋਂ ਪੈਦਾ ਹੋਇਆ ਅਤੇ ਜਿਹਦੇ ਵਿੱਚ ਕੋਈ ਪੜ੍ਹਾਈ ਦਾ ਵੀ ਮਾਹੌਲ ਨਹੀਂ ਸੀ, ਅਗਵਾਈ ਦਾ ਵੀ ਮਾਹੌਲ ਨਹੀਂ ਸੀਗਾ, ਅਤੇ ਜਿਹਦੇ ਕਰਕੇ ਵੀ ਮੈਨੂੰ ਕੋਈ ਬਚਪਨ ਦੇ ਵਿੱਚ ਇਹ ਦੱਸਿਆ ਗਿਆ ਮੈਨੂੰ ਕੋਈ ਪਾਥ ਮਿਲਿਆ ਹੋਵੇ, ਉਹ ਬਿਲਕੁਲ ਨਹੀਂ ਮਿਲਿਆ ਹੈਗਾ। ਮੇਰਾ ਪਿੰਡ ਸੀ ਜੀ ਚਮਕੌਰ ਸਾਹਿਬ ਤੋਂ 8 ਕਿਲੋਮੀਟਰ 'ਤੇ ਹੈਗਾ ਚੂਹੜ ਮਾਜਰਾ। ਉਸ ਤੋਂ ਬਾਅਦ ਇਹ ਹੋਇਆ ਕਿ ਮੈਨੂੰ ਪੜ੍ਹਦਿਆਂ ਜਾਂ ਪੜ੍ਹਨ ਤੋਂ ਕੁਛ ਬਾਅਦ ਦੁਬਈ ਜਾਣ ਦਾ ਮੌਕਾ ਮਿਲਿਆ। ਮੈਂ ਉੱਥੇ 3-4 ਸਾਲ ਲੇਬਰ ਵੀ ਕੀਤੀ। ਲੇਬਰ ਕਰਦਿਆਂ ਕਰਦਿਆਂ ਉੱਥੇ ਮੈਨੂੰ ਸ਼ਹੀਦ ਭਗਤ ਸਿੰਘ ਹੋਰਾਂ ਦੀ ਇੱਕ ਪੁਸਤਕ ਪੜ੍ਹਨ ਨੂੰ ਮਿਲੀ, ਮੈਂ ਨਾਸਤਕ ਕਿਉਂ ਹਾਂ, ਅਤੇ ਉਸ ਤੋਂ ਬਾਅਦ ਮੈਂ ਪੱਕੇ ਤੌਰ 'ਤੇ ਨਾਸਤਕ ਹੋ ਗਿਆ। ਯਾਨੀ ਹੁਣ ਮੈਂ ਇਹ ਨਹੀਂ ਵੀ ਕਿਤਾਬ ਪੜ੍ਹ ਕੇ ਉਸ ਤੋਂ ਬਾਅਦ, ਸਗੋਂ ਮੈਂ ਜਿੰਨਾ ਵਿਗਿਆਨ ਦੇ ਨਾਲ ਜੁੜਦਾ ਗਿਆ, ਮੈਂ ਇਹ ਕਹਿ ਲਓ ਵੀ ਮੈਂ ਇੱਕ ਜਿਉਂਦੀਆਂ ਚੀਜ਼ਾਂ ਨਾਲ ਜੁੜਦਾ ਗਿਆ ਅਤੇ ਕਿਸੇ ਕਿਸਮ ਦਾ ਖਿਆਲੀ ਕੋਈ ਦੈਵੀ ਸ਼ਕਤੀ ਹੈਗੀ ਜਿਹੜੀ ਉਹ ਮੇਰੇ ਮਨ ਦੇ ਵਿੱਚੋਂ ਨਿਕਲ ਚੁੱਕੀ ਹੈਗੀ ਆ। ਅਤੇ ਇਹ ਕਹਿ ਲਓ ਕਿ ਜਦੋਂ ਮੈਂ ਇਹ ਸਾਰਾ ਕੁਛ ਕਰ ਰਿਹਾ ਸੀਗਾ ਤਾਂ ਜਦੋਂ ਮੈਂ ਇੱਥੇ ਆਇਆ, ਇੱਥੇ ਆਉਣ ਦੇ ਨਾਲ ਨਾਲ ਮੈਂ ਇੱਕ ਇੱਕ ਇਨਕਲਾਬੀ ਜਥੇਬੰਦੀ ਦਾ ਇੱਕ ਹੋਲ ਟਾਈਮਰ ਕਾਰਕੁਨ ਬਣ ਗਿਆ, ਜਿਹਦੇ 'ਚ ਮੇਰੇ ਮਨ 'ਚ ਇਹ ਸੀ ਕਿ ਸਾਡੇ ਦੇਸ਼ ਦੇ ਵਿੱਚ ਜੋ ਕੁਛ ਗਲਤ ਮਲਤ ਹੁੰਦਾ ਹੈਗਾ ਇਹਨੂੰ ਠੀਕ ਕਰਨਾ ਹੈਗਾ। ਅਤੇ ਮੈਂ ਇੱਧਰ ਉੱਧਰ ਕੁੱਲ ਵਕਤੀ ਦੇ ਤੌਰ 'ਤੇ ਵੀ ਰਿਹਾ ਹੈਗਾ, ਪਰ ਇੱਕ ਹੱਦ 'ਤੇ ਜਾ ਕੇ ਜਿਵੇਂ ਉਸ ਸੰਸਥਾ ਦੇ ਵਿੱਚ ਵਾਰ ਵਾਰ ਤੋੜ ਵਿਛੋੜੇ ਜੇ ਹੁੰਦੇ ਰਹੇ, ਉਹ ਮੇਰੀ ਸਮਝ ਤੋਂ ਉੱਪਰਲੀਆਂ ਗੱਲਾਂ ਸੀ, ਮੈਨੂੰ ਕੁਛ ਪਤਾ ਨਹੀਂ ਲੱਗਿਆ, ਜਿਹਦੇ ਕਰਕੇ ਮੈਂ ਪਿੱਛੇ ਮੁੜਿਆ। ਉਹੀ ਸਮਾਂ ਸੀਗਾ ਜਿਹਦੇ 'ਚ ਮੇਰੀ 1983 ਦੇ ਵਿੱਚ ਸ਼ਾਦੀ ਹੁੰਦੀ ਹੈਗੀ ਹੈ, ਉਸੇ ਮੌਕਾ ਮੇਲ ਦੇ ਵਿੱਚੋਂ ਗੁਰਪ੍ਰੀਤ ਮੇਰੇ ਰਸਤੇ ਦੇ ਵਿੱਚ ਆਉਂਦੀ ਹੈਗੀ ਹੈ। ਅਤੇ ਫਿਰ ਮੈਂ ਜਦੋਂ ਘਰ ਆ ਗਿਆ ਤਾਂ ਘਰ ਆ ਕੇ ਮੈਂ ਇੱਕ ਪ੍ਰਿੰਟਿੰਗ ਪ੍ਰੈਸ ਚਮਕੌਰ ਸਾਹਿਬ ਲਾਈ, ਜਿਹਦੇ 'ਚ ਉਹ ਪ੍ਰਿੰਟਿੰਗ ਪ੍ਰੈਸ ਮੈਂ ਲਾਈ ਕਰਦਾ ਸੀ, ਦਿਨ ਰਾਤ ਬਹੁਤ ਮਿਹਨਤ ਕੀਤੀ, ਪਰ ਮੈਨੂੰ ਉਹ ਕੰਮ ਮੇਰਾ ਸੰਤੁਸ਼ਟੀ ਨਹੀਂ ਸੀ ਦਿੰਦਾ। ਜਿਹਦੇ ਵਿੱਚੋਂ ਇਹੀ ਸੋਚਿਆ ਕਿ ਇੱਕ ਵਾਰ ਅਸੀਂ ਕਿਸੇ ਸੰਸਥਾ ਨਾਲ ਜੁੜੇ ਹਾਂ, ਇਨਕਲਾਬੀ ਜਥੇਬੰਦੀ ਨਾਲ ਜੁੜੇ ਹਾਂ, ਇਹ ਸੋਚ ਕੇ ਜੁੜੇ ਸੀ ਅਸੀਂ ਇਨਕਲਾਬ ਕਰਨਾ, ਤਲੀ 'ਤੇ ਆਪਣੀ ਜਾਨ ਲੈ ਕੇ ਗਏ ਸੀ, ਅਤੇ ਜੇ ਇਨਕਲਾਬ ਨਹੀਂ ਹੋ ਸਕਿਆ ਤਾਂ ਘੱਟੋ ਘੱਟ ਆਪਣੇ ਹਿੱਸੇ ਦੀ ਕ੍ਰਾਂਤੀ ਤਾਂ ਕਰੀਏ, ਕੁਛ ਥੋੜ੍ਹਾ ਬਹੁਤਾ ਤਾਂ ਸਮਾਜ ਦੇ ਵਿੱਚ ਚੰਗਾ ਕਰੀਏ। ਸੋ ਉਹ ਦਿਨ ਅਤੇ ਅੱਜ ਦਾ ਦਿਨ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ, ਹਾਸਲ ਹਾਲਤਾਂ ਵਿੱਚ ਹਾਸਲ ਵੇਤ ਅਨੁਸਾਰ ਜੋ ਵੀ ਸੰਭਵ ਹੁੰਦਾ ਉਹ ਮੈਂ ਕਰਨ ਦੀ ਕੋਸ਼ਿਸ਼ ਕਰਦਾ। ਅਤੇ ਮੈਂ 60 ਵਾਰ ਖੂਨਦਾਨ ਕੀਤਾ ਹੈਗਾ, ਆਪਣੀ ਪ੍ਰੋਪਰਟੀ ਦਾ ਵੱਡਾ ਹਿੱਸਾ ਦਾਨ ਕੀਤਾ ਹੈਗਾ, ਅਤੇ ਨਾਲ ਦੀ ਨਾਲ ਇਕੱਲਾ ਸਕੂਲ ਨਹੀਂ, ਸਕੂਲ ਤੋਂ ਬਾਹਰ ਵੀ ਜੇ ਮੈਂ ਕੋਈ ਸਮਾਜਿਕ ਚੀਜ਼ ਨੋਟ ਕਰਦਾ ਹੈਗਾ ਅਤੇ ਉੱਥੇ ਮੇਰੀ ਉਹਦੇ ਪ੍ਰਤੀ ਤੜਫ ਵੱਧਦੀ ਹੈਗੀ, ਅਤੇ ਜੋ ਮੈਂ ਉਹ ਦਰਦ ਥੋੜ੍ਹਾ ਬਹੁਤਾ ਕਿਸੇ ਦਾ ਘਟਾ ਸਕਦਾ, ਘਟਾਉਣ ਦਾ ਯਤਨ ਕਰਦਾ। ਠੀਕ ਹੈ ਜੀ, ਜਿਵੇਂ ਆਪਾਂ ਦੇਖਦੇ ਹਾਂ ਜਦੋਂ ਪ੍ਰਾਈਵੇਟ ਸਕੂਲਾਂ 'ਚ ਬਹੁਤ ਜ਼ਿਆਦਾ ਲੁੱਟ ਘਸੁੱਟ ਚੱਲ ਰਹੀ ਹੈ ਜੀ, ਸੋ ਤੁਹਾਡਾ ਉਹਦੇ 'ਤੇ ਕੀ ਖਿਆਲ ਆ ਵੀ ਕਿਉਂ ਇਹ ਜਿਹਾ ਆਪਣੇ ਮਾਹੌਲ ਬਣ ਚੁੱਕਿਆ, ਪੜ੍ਹਾਈ ਦੇ ਨਾਂ 'ਤੇ ਇੱਕ ਬਿਜ਼ਨਸ ਬਣਾ ਕੇ ਜਿਹੜੇ ਆਮ ਲੋਕਾਂ ਨੂੰ ਬੜਾ ਠੱਗਿਆ ਜਾ ਰਿਹਾ ਜੀ? ਅਸਲ ਕਾਰਨ ਇਹ ਹੈ ਜੀ ਕਿ ਸਰਕਾਰ ਸਿੱਖਿਆ ਦੇ ਮਾਮਲੇ ਵਿੱਚ ਫੇਲ ਹੋ ਚੁੱਕੀ ਹੈ, ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈਗੀ ਆ। ਅਤੇ ਬੇਸ਼ੱਕ ਅੱਜ ਕੱਲ੍ਹ ਸਰਕਾਰ ਸਿੱਖਿਆ ਵਿਭਾਗ ਇਹ ਜ਼ੋਰ ਲਾ ਰਿਹਾ ਵੱਧ ਤੋਂ ਵੱਧ ਦਾਖਲੇ ਹੋਣ, ਹਰ ਵੇਲੇ ਕੋਸ਼ਿਸ਼ ਕਰ ਰਿਹਾ ਕਿ ਸਾਡੇ ਸਕੂਲਾਂ 'ਚ ਵਧੀਆ ਪ੍ਰਬੰਧ, ਬਿਨਾਂ ਸ਼ੱਕ ਚਲੋ ਹੋ ਸਕਦਾ, ਟੀਚਰਾਂ ਦੀ ਇਮਾਨਦਾਰੀ ਹੋ ਸਕਦੀ ਹੈ, ਡੈਡੀਕੇਸ਼ਨ ਹੋ ਸਕਦੀ ਹੈਗੀ ਹੈ, ਪਰ ਅਜੇ ਤੱਕ ਉਹ ਸਕੂਲ ਇੰਨੇ ਸਮਰੱਥ ਨਹੀਂ ਹੋਏ ਕਿ ਰਾਜਸੀ ਲੋਕ ਉਹਨਾਂ ਸਕੂਲਾਂ 'ਚ ਆਪਣੇ ਬੱਚੇ ਪੜ੍ਹਾ ਸਕਣ, ਵੱਡੇ ਵੱਡੇ ਅਫਸਰ ਸ਼ਾਹ ਉਹਦੇ 'ਚ ਆਪਣੇ ਬੱਚੇ ਪੜ੍ਹਾ ਸਕਣ, ਜਾਂ ਇੱਥੋਂ ਤੱਕ ਕਿ ਅਧਿਆਪਕ ਵੀ ਆਪਣੇ ਬੱਚੇ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾ ਸਕਣ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਇਹ ਕੋਈ ਕਸੂਰ ਹੈਗਾ, ਕਿਉਂਕਿ ਕੋਈ ਵੀ ਹੈ ਉਹ ਆਪਣੇ ਬੱਚੇ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਜੇ ਉਹਨੂੰ ਲੱਗਦਾ ਹੈ ਕੋਈ ਵੀ ਬੈਟਰ ਸਕੂਲ ਹੈ, ਜਿੰਨੀ ਕੁ ਉਹਦੀ ਪਹੁੰਚ ਹੈ, ਉਹ ਆਪਣੀ ਪਹੁੰਚ ਦੇ ਮੁਤਾਬਕ ਸਕੂਲ ਚੁਣ ਲੈਂਦਾ। ਅਗਲੀ ਗੱਲ ਇਹ ਹੈ ਇਹ ਸਕੂਲ ਪ੍ਰਾਈਵੇਟ ਨਿੱਜੀ ਸਕੂਲ ਇੰਨੇ ਹੋਂਦ ਦੇ ਵਿੱਚ ਕਿਉਂ ਆਏ, ਕਿਉਂਕਿ ਮੈਂ ਇਹੋ ਹੀ ਮਹਿਸੂਸ ਕਰਦਾ ਕਿ ਇਹ ਬਿਜ਼ਨਸ ਬਹੁਤ ਵਧੀਆ ਹੈਗਾ।
ਤੇ ਲੋਕ ਬਿਜ਼ਨਸ ਕਰਦੇ ਆ ਇਹਦੇ ਸਿਰ 'ਤੇ। ਹੁਣ ਕੁਦਰਤੀ ਗੱਲ ਹੈ, ਮਾਪੇ ਅਵੇਅਰ ਨਹੀਂ ਹੈਗੇ, ਮਾਪਿਆਂ ਨੂੰ ਇੰਨਾ ਨਹੀਂ ਪਤਾ। ਅਤੇ ਜੇ ਕਿਸੇ ਨੇ ਕਰੋੜਾਂ ਰੁਪਈਆ ਲਾ ਕੇ ਸੜਕ ਦੇ ਉੱਤੇ ਬਹੁਤ ਵਧੀਆ ਸ਼ੀਸ਼ਿਆਂ ਵਾਲੀ ਇਮਾਰਤ ਬਣਾ ਦਿੱਤੀ ਅਤੇ ਉੱਥੇ CBSE ICSE ਦਾ ਫੱਟਾ ਲਾ ਦਿੱਤਾ, ਅਤੇ ਲੋਕਾਂ ਨੂੰ ਤਾਂ ਇਹ ਲੱਗਣ ਜਾਂਦਾ ਵੀ ਸ਼ਾਇਦ ਇਮਾਰਤ ਨੇ ਹੀ ਸਾਡੇ ਬੱਚੇ ਨੂੰ ਪੜ੍ਹਾ ਦੇਣਾ ਹੈਗਾ। ਅਤੇ ਜਿਹਦੇ ਕਰਕੇ ਇਹ ਨਿੱਜੀ ਸਕੂਲ ਵੱਧ ਫੁੱਲ ਰਹੇ ਨੇ, ਮਾਪਿਆਂ ਦਾ ਰੁਝਾਨ ਵੀ ਉੱਧਰ ਨੂੰ ਹੀ ਹੋ ਰਿਹਾ ਹੈਗਾ। ਸੋ ਸਰਕਾਰ ਵੀ ਉਹਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਉਤਸ਼ਾਹਿਤ ਆਪਣੇ ਆਪ ਇਸ ਲਈ ਹੋ ਰਹੇ ਨੇ ਕਿਉਂਕਿ ਸਰਕਾਰਾਂ ਨੇ ਸਰਕਾਰੀ ਸਕੂਲਾਂ ਵੱਲ ਧਿਆਨ ਹੀ ਨਹੀਂ ਦਿੱਤਾ ਹੈਗਾ। ਹੁਣ ਤੁਸੀਂ ਇੱਕ ਸਾਡੇ ਸਾਹਮਣੇ ਐਗਜ਼ਾਮਪਲ ਹੈਗੀ ਹੈ ਦਿੱਲੀ ਦੇ ਵਿੱਚ, ਜਿਸ ਕਿਸਮ ਦੀ ਵੀ ਕੇਜਰੀਵਾਲ ਦੀ ਸਰਕਾਰ ਰਹੀ ਹੈ, ਉਹਨਾਂ ਨੇ ਸਕੂਲਾਂ ਵੱਲ ਧਿਆਨ ਦਿੱਤਾ ਹੈਗਾ ਜੋ ਵੀ ਹੈ, ਅਤੇ ਉੱਥੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਆ ਰਹੇ ਨੇ। ਅਤੇ ਉਸੇ ਆਧਾਰ 'ਤੇ ਕੇਜਰੀਵਾਲ ਦੂਜੀ ਵਾਰ ਉੱਥੇ ਸਰਕਾਰ ਬਣਾ ਲੈਂਦਾ, ਪਰ ਸਾਡੀ ਸਰਕਾਰ ਨੇ ਤਾਂ ਸਕੂਲਾਂ ਵੱਲ ਧਿਆਨ ਹੀ ਨਹੀਂ ਦਿੱਤਾ। ਇਹੋ ਹੀ ਕਾਰਨ ਹੈ ਕਿ ਪ੍ਰਾਈਵੇਟ ਜਿਹੜਾ ਸਿਸਟਮ ਹੈਗਾ ਉਹ ਦਿਨ ਪਰ ਦਿਨ ਵੱਧ ਫੁੱਲ ਰਿਹਾ ਹੈਗਾ। ਸਰ ਮੈਂ ਤੁਹਾਡੇ ਤੋਂ ਨਾ ਇੱਕ ਚੀਜ਼ ਹੋਰ ਪੁੱਛਣੀ ਚਾਹੂੰਗਾ, ਜਿਵੇਂ ਤੁਸੀਂ ਸਕੂਲ ਚਲਾ ਰਹੇ ਹੋ, ਪੰਜਾਬ 'ਚ ਸਕੂਲ ਧੜਾਧੜ ਖੁੱਲ ਰਹੇ ਆ, ਕਾਲਜ ਖੁੱਲ ਰਹੇ ਆ, ਪਰ ਬੱਚਿਆਂ ਦਾ ਰੁਝਾਨ ਅੱਜ ਕੱਲ੍ਹ ਹੋ ਗਿਆ ਆਇਲਸ ਵੱਲ, ਆਇਲਸ ਕਰਕੇ ਵਿਦੇਸ਼ ਜਾਣਾ ਚਾਹੁੰਦੇ, ਕੀ ਤੁਹਾਨੂੰ ਲੱਗਦਾ ਕੀ ਕਾਰਨ ਆ ਕਿ ਸਾਡੇ ਦੇਸ਼ ਦੇ ਬੱਚੇ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦੇ ਜੀ? ਹੁਣ ਦੇਖੋ ਇਹਦਾ ਜਿਹੜਾ ਵੱਡਾ, ਉਂਝ ਤਾਂ ਕੋਈ ਵੀ ਮਸਲਾ ਚੱਕ ਲਓ, ਜਿੱਥੇ ਮਸਲੇ 'ਚ ਤੁਹਾਨੂੰ ਗੜਬੜ ਲੱਗਦੀ ਹੈਗੀ ਆ, ਜਦੋਂ ਤੁਸੀਂ ਦੇਖੋ ਵੀ ਇਹ ਮਸਲਾ, ਇਹ ਬਿਮਾਰੀ ਪੈਦਾ ਕਿੱਥੋਂ ਹੋਈ ਹੈ, ਤਾਂ ਬੰਦਾ ਸਿੱਧਾ ਹੀ ਪਾਰਲੀਮੈਂਟ ਦੇ ਵਿੱਚ ਜਾ ਵੜਦਾ ਹੈਗਾ। ਸੋ ਇਸੇ ਕਰਕੇ ਜੇ ਆਈਲੈਟਸ ਵਾਲਾ ਜਿਹੜਾ ਰੁਝਾਨ ਵਧਿਆ ਹੈਗਾ, ਸਾਡੇ ਬੱਚੇ ਵਿਦੇਸ਼ਾਂ ਨੂੰ ਜਾਂਦੇ ਆ, ਇਹਦਾ ਕਾਰਨ ਵੀ ਕਿਤੇ ਸਾਡੇ ਫੇਲ ਹੋਏ ਸਿਸਟਮ ਦੇ ਵਿੱਚ ਹੀ ਪਿਆ, ਵਿਵਸਥਾ ਦੇ ਵਿੱਚ ਪਿਆ ਹੈਗਾ। ਅਤੇ ਮੈਂ ਇਹੋ ਹੀ ਮਹਿਸੂਸ ਕਰਦਾ ਕਿ ਇੱਥੇ ਨਾ ਤਾਂ, ਪਹਿਲੀ ਗੱਲ ਤਾਂ ਐਜੂਕੇਸ਼ਨ ਬਹੁਤ ਮਹਿੰਗੀ ਹੈ, ਜੇ ਕੋਈ ਉਹ ਐਜੂਕੇਸ਼ਨ ਹਾਸਲ ਕਰ ਲੈਂਦਾ ਉਸ ਕਿਸਮ ਦੇ ਰੁਜ਼ਗਾਰ ਦੇ ਮੌਕੇ ਨਹੀਂ ਹੈ, ਤੀਸਰਾ ਸੋਸ਼ਲ ਸਿਕਿਉਰਿਟੀ ਨਹੀਂ ਹੈ, ਰੋਡ ਸਿਕਿਉਰਿਟੀ ਨਹੀਂ ਹੈਗੀ। ਅਤੇ ਜਿਹਦੇ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ, ਕਿਉਂਕਿ ਇਹ ਲੋਕ ਆਈਲੈਟਸ ਕਰਾ ਕੇ 20 ਲੱਖ 25 ਲੱਖ ਰੁਪਈਆ ਲਾ ਕੇ ਬੱਚੇ ਨੂੰ ਬਾਹਰ ਭੇਜ ਸਕਦੇ ਨੇ, ਅਤੇ ਇਹਨਾਂ ਨੂੰ ਇਹ ਸਾਰੇ ਲੋਕ ਵੱਡੇ ਛੋਟੇ ਇਹਨਾਂ ਨੂੰ ਆਪਣਾ ਜਿਹੜਾ ਫਿਊਚਰ ਹੈ ਉਹ ਵਿਦੇਸ਼ਾਂ ਦੇ ਵਿੱਚ ਦਿਸਣਾ ਸ਼ੁਰੂ ਹੋ ਗਿਆ, ਜਿਹਦੇ 'ਚੋਂ ਇਹ ਸਾਰਾ ਜਿਹੜਾ ਰੁਝਾਨ ਹੈਗਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ, ਅਤੇ ਇਹਨੇ ਲੰਮਾ ਸਮਾਂ ਅਜੇ ਚੱਲਣਾ ਵੀ ਹੈਗਾ। ਹੁਣ ਕਾਰਨ ਇਹ ਹੈ ਕਿ ਇਹ ਬਹੁਤ ਵੱਡਾ ਘਾਟਾ, ਇਹ ਜਿਹੜਾ ਘਾਟਾ ਹੈਗਾ ਇਹ ਘਾਟਾ ਅੱਜ ਸਾਨੂੰ ਮਹਿਸੂਸ ਨਹੀਂ ਹੋ ਰਿਹਾ, ਪਰ ਇੰਨਾ ਵੱਡਾ ਘਾਟਾ ਕਿ ਇਹਦੀ ਪੂਰਤੀ ਕੋਈ ਨਹੀਂ ਹੈਗੀ। ਇਹ ਇੱਕ ਬੱਚਾ ਆਇਆ, ਇੱਕ ਬੱਚੇ ਦੇ ਵਿੱਚ ਇੰਨਾ ਟੇਲੈਂਟ ਹੁੰਦਾ ਹੈ, ਕਿਉਂਕਿ ਪਲੱਸ ਟੂ ਤੋਂ ਬਾਅਦ ਹੀ ਉਹਦੀ ਜਿਹੜੀ ਰੁਚੀ ਦੇ ਖੇਤਰ ਖੁੱਲ੍ਹਦੇ ਨੇ ਕਿ ਉਹਨੇ ਵਿਗਿਆਨੀ ਬਣਨਾ, ਉਹਨੇ ਡਾਕਟਰ ਬਣਨਾ, ਉਹਨੇ ਇੰਜੀਨੀਅਰ ਬਣਨਾ, ਉਹਨੇ ਪਾਇਲਟ ਬਣਨਾ, ਉਹਨੇ ਕੀ ਬਣਨਾ, ਬਹੁਤ ਕੁਛ ਹੈਗਾ ਉਹ ਬਣ ਸਕਦਾ। ਹਾਂ, ਅਤੇ ਇਹ ਸਾਰਾ ਕੁਛ ਉਹ ਵਿੱਚੇ ਲੈ ਕੇ ਚਲੇ ਜਾਂਦਾ। ਕੁੱਲ ਮਿਲਾ ਕੇ ਇਹ ਜਿਹੜੀ ਜਿਹੜੀਆਂ ਪ੍ਰਤਿਭਾਵਾਂ ਦੇ ਮੈਂ ਨਾਂ ਲਏ, ਇਹ ਸਾਰੀਆਂ ਮਰ ਰਹੀਆਂ ਨੇ, ਬੱਚਿਆਂ ਦੇ ਸਿਰਾਂ ਦੇ ਵਿੱਚ ਹੀ ਮਰ ਰਹੀਆਂ ਨੇ। ਇਹ ਬਹੁਤ ਵੱਡਾ ਘਾਟਾ ਹੈਗਾ ਸਾਡੇ ਸਮਾਜ ਦਾ। ਜਦੋਂ ਸਾਡੇ ਬੱਚੇ ਉੱਥੇ ਚਲੇ ਜਾਂਦੇ ਆ, ਉੱਥੇ ਉਹਦਾ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਇੱਥੇ ਕੁ ਤੱਕ ਸੁਕੇੜ ਲੈਂਦਾ ਹੈਗਾ ਕਿ ਮੈਨੂੰ ਇੱਥੇ ਸਥਾਈ ਤੌਰ 'ਤੇ ਪੱਕਾ ਹੋਣ ਦੇ ਲਈ ਕਿਹੜੇ ਕੋਰਸ ਲੈਣੇ ਪੈਂਦੇ ਆ। ਠੀਕ ਹੈ, ਉਹਦੀ ਇੱਛਾ ਦਾ, ਉਹਦੀ ਦਿਲਚਸਪੀ ਦਾ ਖੇਤਰ ਨਹੀਂ ਹੁੰਦਾ। ਸ਼ਾਇਦ ਹਜ਼ਾਰਾਂ 'ਚੋਂ ਕੋਈ ਇੱਕ ਅੱਧਾ ਬੱਚਾ ਹੋਵੇ ਜਿਹੜਾ ਉਹ ਪੜ੍ਹ ਕੇ, ਬਾਹਰ ਪੜ੍ਹ ਕੇ ਡਾਕਟਰ, ਇੰਜੀਨੀਅਰ ਜਾਂ ਇਹ ਕਹਿ ਲਓ ਵਿਗਿਆਨੀ ਬਣਦਾ ਹੋਵੇ, ਬਣਦੇ ਵੀ ਹੋਣਗੇ, ਪਰ ਬਹੁਤ ਜ਼ਿਆਦਾ ਜਿਹੜੇ ਬੱਚੇ ਹੈਗੇ ਆ ਉਹ ਸਿਰਫ ਆਪਣੇ ਆਪ ਨੂੰ ਇੱਥੇ ਕੁ ਤੱਕ ਹੀ ਸੀਮਿਤ ਕਰ ਲੈਂਦੇ ਆ ਕਿ ਹੁਣ ਅਸੀਂ ਇੱਥੇ ਪੱਕਾ ਕਿਵੇਂ ਹੋਣਾ, ਕਰਦੇ ਨੇ। ਇਹ ਬਹੁਤ ਵੱਡਾ ਉਹ ਵਿਅਕਤੀਗਤ ਉਸ ਬੱਚੇ ਨੂੰ ਵੀ ਘਾਟਾ ਹੈ, ਕਿਉਂਕਿ ਉਹਦੇ ਵਿੱਚੋਂ ਪਤਾ ਹੀ ਨਹੀਂ ਉਹ ਕੀ ਬਣ ਸਕਦਾ ਸੀ ਜੇ ਉਹਨੂੰ ਪੂਰੇ ਮੌਕੇ ਮਿਲਦੇ, ਅਤੇ ਕਿੱਥੇ ਉਹ ਮਤਲਬ ਸੁੰਗੜ ਕੇ ਰਹਿ ਜਾਂਦਾ ਹੈਗਾ। ਉਹਦੀ ਬੇਸਿਕ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਪਲੱਸ ਟੂ ਹੀ ਰਹਿ ਜਾਂਦੀ ਹੈ। ਸਰ ਇੱਕ ਚੀਜ਼ ਹੋਰ ਵੀ ਆ, ਮਾਪੇ ਬੱਚੇ ਨੂੰ 18-19-20 ਸਾਲ ਦਾ ਕਰਦੇ ਆ, ਜਦੋਂ ਬੱਚਾ ਚਲਿਆ ਜਾਂਦਾ ਵਿਦੇਸ਼ ਦੇ ਵਿੱਚ, ਸੋ ਫਿਰ ਮਾਪਿਆਂ ਦਾ ਤੁਸੀਂ ਕੀ ਦੇਖਦੇ ਹੋ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਰਹਿ ਜਾਂਦਾ ਜੀ? ਅਸਲ ਦੇ ਵਿੱਚ ਇਹ ਬਹੁਤ ਵੱਡਾ ਸੰਕਟ ਹੈ ਜੀ, ਇਹ ਬੜਾ ਸਮਾਜਿਕ ਸੰਕਟ ਹੈਗਾ, ਕਿਉਂਕਿ ਨਾ ਤਾਂ ਉੱਧਰ ਜਦੋਂ ਬੱਚੇ ਕਿਸੇ ਕੋਈ ਸੰਕਟ ਹੁੰਦਾ ਮਾਪੇ ਉਹਦੇ ਨਾਲ ਖੜ ਸਕਦੇ ਨੇ, ਅਤੇ ਜੇ ਇੱਧਰ ਮਾਪਿਆਂ ਨੂੰ ਕਿਸੇ ਕਿਸਮ ਦਾ ਸਰੀਰਕ ਸੰਕਟ ਹੈ, ਨਾ ਬੱਚੇ ਉਸ ਵੇਲੇ ਖੜ ਸਕਦੇ ਨੇ। ਅਸਲ 'ਚ ਇਹ ਬਹੁਤ ਵੱਡਾ ਸੰਕਟ ਹੈ ਜਿਹਦਾ ਕੋਈ ਹੱਲ ਨਹੀਂ ਹੈਗਾ। ਇਸ ਤੋਂ ਬੱਚੇ ਵੀ ਇਕਲਾਪਾ ਹੰਡਾਉਂਦੇ ਨੇ ਕਿਸੇ ਹੱਦ ਤੱਕ, ਅਤੇ ਮਾਪੇ ਵੀ ਇਹ ਇਕਲਾਪਾ ਹੰਡਾਉਂਦੇ ਨੇ। ਸੋ ਇਹ ਵੱਡਾ ਸੰਕਟ ਹੈ। ਪੰਜਾਬ ਦੀ ਜਿਹੜੀ ਜਾਇਦਾਦ ਹੈਗੀ ਹੈ ਉਹ ਵਿਦੇਸ਼ਾਂ ਨੂੰ ਜਾ ਰਹੀ ਹੈ। ਹੁਣ ਜਿਵੇਂ ਇਹ ਜਿਹੜਾ ਸੰਕਟ ਅਸੀਂ ਦੇਖ ਰਹੇ ਹਾਂ ਦੋ ਪੀੜ੍ਹੀਆਂ ਦੇ ਵਿੱਚ, ਮਾਪਿਆਂ ਅਤੇ ਬੱਚਿਆਂ ਦੇ ਵਿੱਚ, ਇਹ ਵੀ ਇੱਕ ਹੱਦ ਤੱਕ ਸੀਮਤ ਹੈ। ਜਦੋਂ ਸਾਡਾ ਬੱਚਾ ਆਈਲੈਟਸ ਕਰਕੇ ਬਾਹਰ ਚਲੇ ਗਿਆ, ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਵਾਪਸ ਆਊਗਾ। ਉਹ ਇੱਕ ਕਿਸਮ ਦਾ ਸਾਡੇ ਦੇਸ਼ ਨੂੰ ਬੇਦਾਵਾ ਦੇ ਗਿਆ, ਅਤੇ ਨਾਲ ਉਹਦਾ ਉੱਥੇ ਹੀ ਉਹਦੀ ਸ਼ਾਦੀ ਹੋਣੀ ਹੈ, ਉੱਥੇ ਹੀ ਉਹਦੇ ਬੱਚੇ ਹੋਣੇ ਹੈ,
ਕਿਸੇ ਹੱਦ ਤੱਕ ਸਾਡੇ ਬੱਚੇ ਇੱਥੇ ਆਪਣੇ ਮਾਪਿਆਂ ਨਾਲ ਜੁੜੇ ਰਹਿਣਗੇ, ਉਸ ਤੋਂ ਬਾਅਦ ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਤਾਂ ਇੱਥੇ ਆਉਣਾ ਪਸੰਦ ਹੀ ਨਹੀਂ ਕਰੂਗੀ ਅਤੇ ਇੱਥੋਂ ਤੱਕ ਇਹ ਸਾਰਾ ਕੁਛ ਭੁੱਲ ਜੂਗੀ। ਕੁੱਲ ਮਿਲਾ ਕੇ ਸੱਚਮੁੱਚ ਹੀ ਇਹ ਬਹੁਤ ਵੱਡਾ ਸੰਕਟ ਹੈ ਜਿਹੜਾ ਕਿ ਸਾਡੇ ਪੁਰਖਿਆਂ ਦੇ ਸਾਹਮਣੇ ਨਹੀਂ ਸੀ, ਸਾਡੇ ਸਾਹਮਣੇ ਇਹ ਹੈਗਾ ਅਤੇ ਇਹ ਮਹਿਸੂਸ ਕਰਦਾ ਸਾਡੇ 'ਤੇ, ਆਪਣੇ 'ਤੇ ਵੀ ਹੈਗਾ, ਸਾਡੇ ਆਪਣੇ ਬੱਚੇ ਬਾਹਰ ਨੇ, ਅਸੀਂ ਇੱਥੇ ਹੈਗੇ ਹਾਂ। ਮਤਲਬ ਸਾਡੇ ਵਰਗੇ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਘਰਾਂ ਦੇ ਘਰ ਖਾਲੀ ਹੈਗੇ ਆ, ਇੱਥੋਂ ਤੱਕ ਕਿ ਉਹ ਘਰਾਂ ਨੂੰ ਸਾਂਭਿਆ ਕਿਵੇਂ ਜਾਵੇ ਇਹ ਵੀ ਸੰਕਟ ਹੈਗਾ। ਘਰਾਂ ਦੇ ਉੱਤੇ ਜਾਇਦਾਦਾਂ ਦੇ ਉੱਤੇ ਨਜਾਇਜ਼ ਕਬਜ਼ੇ ਹੋ ਰਹੇ ਨੇ, ਝਗੜੇ ਲੜਾਈਆਂ ਸਾਰਾ ਕੁਛ ਵੱਧ ਰਿਹਾ ਹੈਗਾ, ਇਹ ਬਹੁਤ ਔਖਾ ਹੈਗਾ। ਘਰ ਉਸ ਤੋਂ ਅੱਗੇ ਜਿਹੜਾ ਹੈਗਾ ਵੀ ਹੁਣ ਵੀ ਕੋਈ ਇਹ ਨਹੀਂ ਲੱਗ ਰਿਹਾ ਕਿ ਸਾਡੇ ਦੇਸ਼ ਦੇ ਰਾਜਸੀ ਹਾਲਾਤ ਹੈ ਜਿਹੜੇ ਉਹ ਠੀਕ ਹੋ ਜਾਣਗੇ, ਸਗੋਂ ਦਿਨ ਪਰ ਦਿਨ ਇਹ ਸਾਰਾ ਕੁਛ ਇੰਨਾ ਮਾੜਾ ਹੋ ਰਿਹਾ ਅਤੇ ਇਸ ਗੱਲ 'ਤੇ ਮੋਹਰ ਲੱਗ ਰਹੀ ਹੈ ਕਿ ਸਾਡੇ ਬੱਚੇ ਠੀਕ ਹੀ ਬਾਹਰ ਨੂੰ ਜਾ ਰਹੇ ਆ। ਅੱਛਾ ਹੋ ਗਿਆ, ਕਿਉਂਕਿ ਬੇਸ਼ੱਕ ਅਸੀਂ ਇਹ ਹੰਢਾ ਰਹੇ ਹਾਂ ਕਿ ਇੱਕ ਦੂਰੀ ਹੰਢਾ ਰਹੇ ਹਾਂ ਆਪਣੇ ਬੱਚਿਆਂ ਤੋਂ, ਪਰ ਸਾਡੇ ਬੱਚੇ ਉੱਥੇ ਸੁਰੱਖਿਅਤ ਤਾਂ ਹੈਗੇ, ਉੱਥੇ ਕਿਸੇ ਕਿਸਮ ਦਾ ਉਹਨਾਂ ਨੂੰ ਇਹ ਤਾਂ ਨਹੀਂ ਦੇਖਣਾ ਪਿਆ, ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਤਾਂ ਨਹੀਂ ਹੁੰਦਾ, ਉੱਥੇ ਕੋਈ ਸਾਨੂੰ ਇਹ ਖਬਰ ਤਾਂ ਨਹੀਂ ਸੁਣਨੀ ਪੈ ਰਹੀ ਕਿ ਸਾਡੇ ਬੱਚੇ ਦਾ ਐਕਸੀਡੈਂਟ ਹੋ ਜਾਊਗਾ, ਠੀਕ ਹੈ ਨਾ। ਸੋ ਕਿੰਨੀਆਂ ਗੱਲਾਂ ਹੈਗੀਆਂ ਵੀ ਇਹ ਇਹ ਦੂਰੀ ਹੰਢਾਉਂਦੇ ਹੋਏ ਵੀ ਮਾਪਿਆਂ ਨੂੰ ਕਈ ਵਾਰ ਇਹ ਹੁੰਦੇ ਵੀ ਯਾਰ ਖੈਰ ਸੁੱਖ ਹੈ, ਠੀਕ ਠਾਕ ਨੇ, ਮਜਬੂਰ ਵੀ ਹੈਗੇ ਅਤੇ ਇੱਥੋਂ ਆਪਣੇ ਆਪ ਨੂੰ ਬੱਚੇ ਨੂੰ ਆਪਣੇ ਬੱਚਿਆਂ ਨੂੰ ਉੱਥੇ ਸੁਰੱਖਿਅਤ ਵੀ ਮਹਿਸੂਸ ਕਰ ਰਹੇ ਨੇ। ਇਹ ਅਤੇ ਸਰ ਇਹ ਤਾਂ ਹੋ ਗਈ ਗੱਲ ਇਹਦੀ, ਜਿਵੇਂ ਤੁਸੀਂ ਪੱਤਰਕਾਰਤਾ ਦੇ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਹੈ ਨਾ, ਤੁਹਾਡੀਆਂ ਹੁਣ ਤੱਕ ਕੋਈ ਕਿੰਨੀਆਂ ਕੁ ਬੁੱਕਸ ਆ ਚੁੱਕੀਆਂ ਜੀ? ਅਸਲ 'ਚ ਮੇਰੇ ਜਿਹੜੇ ਲੇਖ ਨੇ ਅਜੀਤ ਅਖਬਾਰ ਦੇ ਵਿੱਚ 10 ਸਾਲ ਲਗਾਤਾਰ ਛਪਦੇ ਰਹੇ ਜੀ, ਹਰ ਹਫ਼ਤੇ ਛਪਦਾ ਸੀਗਾ ਕਰੀਅਰ ਦੇ ਉੱਤੇ ਲੇਖ, ਅਤੇ ਪਰ ਮੈਂ ਉਹ ਕੰਪਾਈਲ ਨਹੀਂ ਕੀਤੇ ਲੇਖ, ਕਿਉਂਕਿ ਮੈਨੂੰ ਇਹ ਲੱਗਦਾ ਹੁਣ ਅੱਜ ਦੇ ਸਮੇਂ 'ਚ ਇਹ ਲੱਗਦਾ ਹੈਗਾ ਵੀ ਪਹਿਲੀ ਗੱਲ ਤਾਂ ਜਿਹੜਾ ਕਰੀਅਰ ਵਾਲੀ ਜਿਹੜੀ ਗੱਲ ਹੈ ਉਹੀ ਛੁੱਟਦੀ ਜਾਂਦੀ ਹੈ, ਇੱਕੋ ਇੱਕ ਕਰੀਅਰ ਰਹਿ ਗਿਆ ਕਿ ਪਲੱਸ ਟੂ ਤੋਂ ਬਾਅਦ ਆਈਲੈਟਸ ਕਰੋ ਅਤੇ ਬਾਹਰ ਜਾਓ, ਅਤੇ ਦੂਸਰਾ ਇਹ ਹੈਗਾ ਵੀ ਇੰਟਰਨੈਟ ਹੁਣ ਇਸ ਹੱਦ ਤੱਕ ਆ ਗਿਆ ਕਿ ਤੁਹਾਨੂੰ ਇੱਕ ਮਾਊਸ ਤੋਂ ਇੱਕ ਕਲਿੱਕ ਕਰਨ ਦੀ ਲੋੜ ਹੈਗੀ ਹੈ ਅਤੇ ਤੁਹਾਡੇ ਸਾਹਮਣੇ ਤੁਹਾਡੀ ਦਿਲਚਸਪੀ ਦਾ ਕਰੀਅਰ ਖੁੱਲ੍ਹ ਜਾਂਦਾ ਹੈਗਾ, ਜਿਹਦੇ ਕਰਕੇ ਪਰ ਮੈਂ ਆਪਣੇ ਅਨੁਭਵ ਦੇ ਵਿੱਚੋਂ ਆਪਣੇ ਲੇਖ ਲਿਖੇ ਨੇ ਜੀ, ਵੱਖ ਵੱਖ ਅਖਬਾਰਾਂ ਦੇ ਵਿੱਚ ਸਮੇਂ ਸਮੇਂ 'ਤੇ ਛਪਦੇ ਵੀ ਰਹੇ ਆ, ਖਾਸ ਕਰਕੇ ਐਜੂਕੇਸ਼ਨ 'ਤੇ ਉਹ ਲੇਖ ਜ਼ਿਆਦਾ ਨੇ, ਜਿਹਦੇ ਕਰਕੇ ਮੈਂ ਹੁਣ ਜਲਦੀ ਹੀ ਪੀਪਲਸ ਫੋਰਮ ਬਰਗਾੜੀ ਦੁਆਰਾ ਆਪਣੇ ਲੇਖਾਂ ਨੂੰ ਜਿਹੜਾ ਕੰਪਾਈਲ ਕਰਵਾ ਰਿਹਾ, ਇੱਕ ਪੁਸਤਕ ਦਾ ਰੂਪ ਦੇ ਰਿਹਾ ਹੈਗਾ। ਹਾਂਜੀ, ਅਤੇ ਚਲੋ ਹੁਣ ਆਪਾਂ ਥੋੜ੍ਹੀ ਜਿਹੀ ਪਰਸਨਲ ਲਾਈਫ ਬਾਰੇ ਗੱਲ ਕਰਦੇ ਹਾਂ ਜੀ, ਥੋੜ੍ਹਾ ਜਿਹਾ ਆਪਣੀ ਫੈਮਿਲੀ ਬਾਰੇ ਦੱਸੋ ਕਿ ਪਰਿਵਾਰ 'ਚ ਕੌਣ ਕੌਣ ਆ ਜੀ? ਦੇਖੋ ਪਰਿਵਾਰ ਦੀ ਤਾਂ ਜਿਹੜੇ ਜਿੱਥੇ ਤੱਕ ਤਾਂ ਪਰਿਵਾਰ ਦੀ ਗੱਲ ਹੈ ਕਿ ਇਹ ਤਾਂ ਪਰਿਵਾਰਕ ਸੰਕਟ ਹੈਗਾ ਬਹੁਤ ਵੱਡਾ, ਅਤੇ ਹੁਣ ਮੈਂ ਅਤੇ ਗੁਰਪ੍ਰੀਤ ਹੀ ਰਹਿੰਦੇ ਹਾਂ ਇੱਥੇ, ਬੱਚੇ ਸਾਡੇ ਬਾਹਰ ਨੇ, ਅਤੇ ਹੁਣ ਜੇ ਅਸੀਂ ਦੇਖੀਏ ਤਾਂ ਇਹ ਕੁੱਲ ਸਾਡਾ ਆਪਣਾ ਪਰਿਵਾਰ 2 ਜਣੇ ਅਸੀਂ ਅਤੇ ਮੇਰਾ ਬੇਟਾ, ਉਹਦੀ ਵਾਈਫ, 2 ਉਹ ਅੱਗੇ 2 ਉਹਨਾਂ ਦੇ ਬੱਚੇ ਹੈ। ਹਾਂ, ਜੇ ਤਾਂ ਅਸੀਂ ਪਰਿਵਾਰਕ ਲਾਈਫ ਦੀ ਗੱਲ ਕਰੀਏ ਤਾਂ ਇਹ ਇੰਨਾ ਕੁ ਸੁੰਗੜਿਆ ਹੋਇਆ 6 ਬੰਦਿਆਂ ਤੱਕ। ਉਂਝ ਤੁਸੀਂ ਦੇਖਦੇ ਹੀ ਹੋ ਕਿ ਮੇਰੇ ਜਿਸ ਕਿਸਮ ਦਾ ਇੱਕ ਵਿਜ਼ਨ ਹੈਗਾ, ਮੈਨੂੰ ਐਂ ਲੱਗਦਾ, ਸਾਨੂੰ ਇਹ ਲੱਗਦਾ ਕਿ ਸਾਰੇ ਬੱਚੇ ਸਾਡੇ ਹੀ ਨੇ, ਸਾਰਾ ਸਮਾਜ ਸਾਡਾ ਹੀ ਹੈਗਾ। ਹਾਂ ਹਾਂ, ਅਤੇ ਉਹ ਜਿਹਦੇ ਕਰਕੇ ਬਸ ਇਹੋ ਹੀ ਕਹਿ ਸਕਦੇ ਹਾਂ। ਥੋੜ੍ਹਾ ਜਿਹਾ ਸਾਨੂੰ ਗੁਰਪ੍ਰੀਤ ਕੌਰ ਭੰਗੂ ਮੈਮ ਬਾਰੇ ਵੀ ਦੱਸੋ ਵੀ ਜਿਵੇਂ ਤੁਸੀਂ ਉਹਨਾਂ ਨੂੰ ਕਿਵੇਂ ਮਿਲੇ ਸੀ, ਹੈ ਨਾ, ਕਿਵੇਂ ਤੁਹਾਡੀ ਮੁਲਾਕਾਤ ਹੋਈ ਸੀ, ਫਿਰ ਵਿਆਹ ਦਾ ਸਬੱਬ ਕਿਵੇਂ ਬਣਿਆ, ਉਹ ਸਾਰਾ ਦੱਸੋ ਸਾਡੇ ਸਰੋਤਿਆਂ ਨੂੰ। ਹਾਂ, ਐਕਚੁਅਲੀ ਮੈਂ ਥੋੜ੍ਹਾ ਜਿਹਾ ਤਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹੈਗਾ ਕਿ ਮੈਂ ਵਿਦੇਸ਼ ਤੋਂ ਆਉਣ ਤੋਂ ਬਾਅਦ ਕਿਸੇ ਇਨਕਲਾਬੀ ਜਥੇਬੰਦੀ ਦਾ ਕੁੱਲ ਵਕਤੀ ਬਣ ਗਿਆ ਸੀਗਾ, ਅਤੇ ਉਸ ਤੋਂ ਬਾਅਦ ਉਹਦੇ 'ਚ ਜਿਹੀ ਜਿਹੀ ਭੰਨ ਤੋੜ ਜਿਹੀ ਹੋਈ ਅਤੇ ਮੈਂ ਜਦੋਂ ਵਾਪਸ ਆਉਣ ਦੀ ਸੋਚੀ ਅਤੇ ਮੇਰੇ ਵਾਸਤੇ 'ਚ ਕਿਸੇ ਨੇ ਆਇਆ ਅਤੇ ਉਹਨੇ ਕਿਹਾ ਕਿ ਤੁਹਾਨੂੰ ਹੁਣ ਸ਼ਾਦੀ ਕਰਾ ਲੈਣੀ ਚਾਹੀਦੀ ਹੈ। ਮੈਂ ਕਿਹਾ ਯਾਰ ਮੇਰੇ ਨਾਲ ਕਿਹਨੇ ਸ਼ਾਦੀ ਕਰਾਉਣੀ ਹੈਗੀ ਆ, ਅਤੇ ਕਿਉਂਕਿ ਮੈਨੂੰ ਸਮਝਣ ਵਾਲਾ ਕੋਈ ਲੜਕੀ ਮਿਲੇ ਫਿਰ ਹੀ ਹੋ ਸਕਦਾ ਨਾ। ਅਤੇ ਫਿਰ ਉਹਨੇ ਗੁਰਪ੍ਰੀਤ ਨਾਲ ਗੱਲ ਕੀਤੀ ਕਿ ਇਸ ਕਿਸਮ ਦਾ ਇੱਕ ਵਿਅਕਤੀ ਹੈਗਾ ਵੀ ਕਿਵੇਂ ਲੱਗੂ, ਉਹ ਕਹਿੰਦੀ ਠੀਕ ਹੈ। ਉਸ ਤੋਂ ਬਾਅਦ ਅਸੀਂ ਮਿਲੇ ਬਠਿੰਡਾ ਰਜਿੰਦਰਾ ਕਾਲਜ ਦੇ ਵਿੱਚ ਹੀ ਪਹਿਲੀ ਵਾਰ ਅਸੀਂ ਮਿਲੇ ਸੀਗੇ, ਅਤੇ ਉੱਥੇ ਮੈਂ ਵੀ ਦੱਸਿਆ ਆਪਣੇ ਬਾਰੇ ਅਤੇ ਇਹਨਾਂ ਨੂੰ ਵੀ ਸਮਝਿਆ। ਉਸ ਤੋਂ ਬਾਅਦ ਗੱਲ ਅੱਗੇ ਚੱਲਦੀ ਗਈ ਅਤੇ ਅਸੀਂ ਵਿਆਹ ਦੇ ਬੰਧਨ ਦੇ ਵਿੱਚ ਬੱਝ ਗਏ। ਉਹ ਵੀ ਬੜਾ ਸਿੰਪਲ ਹੋਇਆ ਸੀ, 4-5 ਲੋਕ ਗਏ ਸੀਗੇ ਅਤੇ ਇੱਕ ਦੂਜੇ ਦੇ ਹਾਰ ਪਾਏ ਸੀਗੇ, ਕਿਸੇ ਕਿਸਮ ਦੀ ਧਾਰਮਿਕ ਰਸਮ ਨਹੀਂ ਸੀ ਹੋਈ, ਕੋਈ ਲੈਣ ਦੇਣ ਨਹੀਂ ਸੀ ਹੋਇਆ, ਜਾਣੀ ਮਿਸਾਲੀ ਜਿਹਾ ਕੰਮ ਸੀਗਾ ਜੀ। ਜਿਵੇਂ ਅਸੀਂ ਨਾ ਮੈਮ ਦੀਆਂ ਅਕਸਰ ਇੰਟਰਵਿਊ ਸੁਣਦੇ ਰਹਿੰਦੇ, ਉਹ ਦੱਸਦੇ ਕਿ ਤੁਹਾਡਾ ਉਹਨਾਂ ਦੇ ਕਰੀਅਰ ਵਿੱਚ ਬਹੁਤ ਵੱਡਾ ਯੋਗਦਾਨ ਆ ਵੀ ਜੋ ਅੱਜ ਉਸ ਲੈਵਲ 'ਤੇ ਪਹੁੰਚੇ, ਤੁਸੀਂ ਬਹੁਤ ਵੱਡੀ ਭੂਮਿਕਾ ਨਿਭਾਈ ਆ, ਸੋ ਤੁਹਾਡਾ ਇਸ ਬਾਰੇ ਕੀ ਖਿਆਲ ਆ ਜੀ? ਹਾਂ, ਇਹਦੇ 'ਚ ਕੋਈ ਰੌਲਾ ਨਹੀਂ ਜੀ, ਕਿਉਂਕਿ ਉਹਨਾਂ ਦੀ ਨਾਟਕਾਂ ਦੇ ਵਿੱਚ ਪਹਿਲਾਂ ਤੋਂ ਹੀ ਦਿਲਚਸਪੀ ਸੀਗੀ, ਅਤੇ ਜਦੋਂ ਪਹਿਲਾਂ ਇਹਨਾਂ ਨੇ ਨਾਟਕ ਸ਼ੁਰੂ ਕਰਨੇ ਸ਼ੁਰੂ ਕੀਤੇ, ਸਾਡਾ ਜਿਹੜਾ ਬੱਚਾ ਸੀ ਸਾਡੀ ਗੋਦ ਦੇ ਵਿੱਚ ਹੀ ਸੀਗਾ, ਅਮਰਵੀਰ ਬਾਗੀ,
ਅਤੇ ਉਹਨੂੰ ਅਸੀਂ ਗੋਦੀ 'ਚ ਪਾ ਕੇ ਲੈ ਜਾਂਦੇ ਹੁੰਦੇ ਸੀ। ਕਦੇ ਅਸੀਂ ਸ਼ਹਿਰ ਤੋਂ ਦੂਰ 20 ਕਿਲੋਮੀਟਰ 'ਤੇ ਜਾ ਕੇ ਮੋਟਰਸਾਈਕਲ 'ਤੇ ਚਲੇ ਜਾਂਦੇ ਸੀ, ਰਿਹਰਸਲਾਂ ਕਰਦੇ ਹਾਂ, ਬੱਚੇ ਨੂੰ ਸਾਂਭਦੇ। ਉਸ ਤੋਂ ਬਾਅਦ ਗੁਰਸ਼ਰਨ ਭਾਅ ਜੀ ਦੀ ਟੀਮ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ। ਫਿਰ ਅਸੀਂ ਚਮਕੌਰ ਸਾਹਿਬ ਵੀ ਇੱਕ ਕੋਈ ਲਾਈਕ ਮਾਈਂਡਡ ਨੌਜਵਾਨਾਂ ਨੂੰ ਗਾਈਡ ਕੀਤਾ ਕਿ ਆਪਾਂ ਕੁਛ ਇਸ ਤਰ੍ਹਾਂ ਦਾ ਕਰ ਸਕਦੇ ਹਾਂ, ਜਿਹਦੇ 'ਚ ਅਸੀਂ ਚੇਤਨਾ ਕਲਾ ਮੰਚ ਬਣਾਇਆ। ਅਤੇ ਉਹਦੇ ਵਿੱਚ ਕਿੰਨੇ ਹੀ ਕਲਾਕਾਰ ਹੈਗੇ ਹੈ, ਅਤੇ ਉਸ ਵੇਲੇ ਸੀ, ਅਤੇ ਜਿਵੇਂ ਇੱਕ ਪਵਨਦੀਪ ਹੈਗਾ ਇਸ ਵੇਲੇ USA ਹੈਗਾ, ਅਤੇ ਮਲਕੀਤ ਰੋਣੀ, ਬੜਾ ਅੱਛਾ ਨਾਂ ਹੈ ਜੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਹਦਾ, ਜਿਹਦੇ 'ਚ ਹਰਵਿੰਦਰ ਔਜਲਾ ਹੈਗਾ ਅਤੇ ਰਾਣਾ ਰਣਵੀਰ ਹੈਗਾ। ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਜੀ ਉਹ ਸਾਡੇ ਫਿਲਮ ਲਾਈਨ ਦੇ ਵਿੱਚ ਚਲੇ ਗਏ, ਅਤੇ ਅੱਜ ਵੀ ਮੈਨੂੰ ਐਂ ਲੱਗਦਾ ਸਾਡੀਆਂ ਬਾਹਾਂ ਨੇ, ਉਹ ਜਦੋਂ ਵੀ ਕਦੇ ਲੋੜ ਪੈਂਦੀ ਆ ਉਹਨਾਂ ਨੂੰ ਆਵਾਜ਼ ਮਾਰੀ ਦੀ ਆ ਅਤੇ ਉਹ ਹਾਜ਼ਰ ਹੁੰਦੇ ਨੇ। ਸੋ ਮੈਮ, ਜਿਵੇਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਮੇਰਾ ਇੱਕ ਸਵਾਲ ਅਕਸਰ ਹੀ ਹੁੰਦਾ ਕਿ ਆਰਟਿਸਟ ਜੋ ਕੰਮ ਕਰਦਾ ਉਹ ਲਾਈਫ ਦੇ ਵਿੱਚ ਕਿੰਨਾ ਕੁ ਸੰਤੁਸ਼ਟ ਆ। ਮੈਂ ਜੀ ਤੁਹਾਨੂੰ ਦੋਨਾਂ ਨੂੰ ਪੁੱਛਣਾ ਚਾਹੂੰਗਾ, ਬਹੁਤ ਸੋਹਣੀ ਜੋੜੀ ਹੈ ਵਾਹਿਗੁਰੂ ਨੇ ਨਾ ਬਣਾਈ ਆ, ਅਤੇ ਤੁਸੀਂ ਲਾਈਫ ਤੋਂ ਸੰਤੁਸ਼ਟ ਆ ਜੋ ਕੁਛ ਹਾਸਲ ਕੀਤਾ ਜੀ? ਦੇਖੋ ਬਈ, ਸੰਤੁਸ਼ਟ ਤਾਂ ਮੈਂ ਉਦੋਂ ਹੋ ਜਾਂਦੀ ਹਾਂ ਜਦੋਂ ਮੇਰੇ ਲੋਕ ਆ ਜਿਹੜਾ ਇੰਨਾ ਪਿਆਰ ਦਿੰਦੇ ਨੇ, ਅਤੇ ਮੈਂ ਆਪਦੀ ਪਰਸਨਲ ਜ਼ਿੰਦਗੀ ਤੋਂ ਵੀ ਖੁਸ਼ ਹਾਂ, ਕਿਉਂਕਿ ਬੱਚੇ ਨੇ, ਅਸੀਂ ਹਾਂ, ਤੰਦਰੁਸਤ ਰਹੀਏ ਬਸ, ਅਤੇ ਲੋਕਾਂ ਦਾ ਪਿਆਰ ਇੱਦਾਂ ਹੀ ਮਿਲਦਾ ਰਹੇ। ਹਾਂਜੀ ਸੋ ਬਿਲਕੁਲ ਸੰਤੁਸ਼ਟ ਹੈ ਜੀ ਜ਼ਿੰਦਗੀ ਤੋਂ, ਜਿੰਨਾ ਕੁਛ ਅੱਜ ਤੱਕ ਸਮਝਦੀ ਉਮਰ ਤੋਂ ਬਾਅਦ ਜੋ ਕੁਛ ਕੀਤਾ ਹੈਗਾ, ਅਤੇ ਅੱਗੇ ਵੀ ਇਹੀ ਹੈ ਕਿ ਜਿੰਨਾ ਚਿਰ ਜ਼ਿੰਦਗੀ ਹੈਗੀ ਆ ਅਸੀਂ ਕੁਛ ਨਾ ਕੁਛ ਸਿਰਜਣਾ ਦੇ ਵਿੱਚ, ਸਮਾਜਿਕ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੀਏ। ਠੀਕ ਹੈ। ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਜਿਹੋ ਜਿਹੇ ਦੇਸ਼ ਦੇ ਹਾਲਾਤ ਹੈ, ਇਹਦੇ 'ਚ ਹਾਲਾਤ ਬਹੁਤ ਮੰਗ ਕਰਦੇ ਹੈ ਕਿ ਅਸੀਂ ਬਹੁਤ ਅੱਗੇ ਹੋ ਕੇ ਲੜੀਏ, ਕੁਛ ਕਰੀਏ ਸਮਾਜਿਕ ਤਬਦੀਲੀ ਦੇ ਲਈ। ਠੀਕ ਹੈ। ਪਰ ਕੁਛ ਇਹ ਕਹਿ ਲਓ ਵੀ ਉਮਰਾਂ ਹੁਣ ਇਸ ਹੱਦ ਤੱਕ ਪਹੁੰਚ ਗਈਆਂ ਨੇ ਵੀ ਕਿਸੇ ਕਿਸਮ ਦੀ ਅਗਵਾਈ ਤਾਂ ਨਹੀਂ ਕਰ ਰਹੇ ਅਸੀਂ ਕਰ ਸਕਦੇ, ਵੀ ਚਲੋ ਫਿਰ ਵੀ ਇਹ ਹੈ ਵੀ ਜਿਹੜੇ ਲੋਕ ਅੱਗੇ ਹੋ ਕੇ ਕੁਛ ਕਰ ਰਹੇ ਆ ਸਮਾਜਿਕ ਤਬਦੀਲੀ ਦੇ ਲਈ, ਅਸੀਂ ਉਹਨਾਂ ਦੇ ਸਹਾਇਕ ਬਣੇ ਰਹੀਏ। ਸੋ ਜੀ, ਅਸੀਂ ਵੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਤੁਸੀਂ ਇਸੇ ਤਰ੍ਹਾਂ ਚੰਗੇ ਕੰਮ ਸਮਾਜ ਸੇਵਾ ਕਰਦੇ ਰਹੋ। ਮੈਮ ਤੁਸੀਂ ਨਾਲੇ, ਮੈਨੂੰ ਨਹੀਂ ਲੱਗਦਾ ਇਹ ਜਿਵੇਂ ਇਹਨਾਂ ਨੇ ਕਹਿਤਾ ਉਮਰਾਂ, ਮੈਨੂੰ ਨਹੀਂ ਲੱਗਦਾ ਅਸੀਂ ਬੁੱਢੇ ਹੋ ਗਏ, ਅਸੀਂ ਕੰਮ ਕਰਦੇ ਰਹਾਂਗੇ। ਗੱਲ ਬੁੱਢੀ ਕੋਈ ਨਹੀਂ, ਤੁਸੀਂ ਬਹੁਤ ਸੋਹਣੇ ਜੋੜੇ ਜੀ, ਵਾਹਿਗੁਰੂ ਇੱਦਾਂ ਹੀ ਬਣਾਈ ਰੱਖੇ। ਤੁਸੀਂ ਬਹੁਤ ਵਿਸਤਾਰ ਦੇ ਸਾਰਾ ਕੁਝ ਦੱਸਿਆ ਨਾ ਜੀ, ਅਤੇ ਅੰਤ ਦੇ ਵਿੱਚ ਇੱਕ ਕੋਈ ਮੈਸੇਜ ਜੋ ਤੁਹਾਡੇ ਦਿਲ ਦੇ ਕੋਈ ਗੱਲ ਕਰੀਬ ਆ ਜੋ ਤੁਸੀਂ ਸਰੋਤਿਆਂ ਨਾਲ ਕਰਨੀ ਚਾਹੋ, ਕੋਈ ਸੰਦੇਸ਼ ਦੇਣਾ ਚਾਹੋ ਜੋ ਬੱਚੇ ਤੁਹਾਨੂੰ ਦੇਖ ਰਹੇ ਆ ਜੀ? ਬਸ ਮੈਂ ਇਹੋ ਹੀ ਕਹਿਣਾ ਚਾਹੁੰਦਾ ਹੈਗੇ ਹਾਂ ਕਿ ਅਸੀਂ ਸਾਰੇ ਜਿਹੜੇ ਵੀ ਹੈਗੇ ਹਾਂ, ਸਾਡੀ ਆਪਣੀ ਹਸਤੀ ਹੈਗੀ ਆ, ਸੱਚਮੁੱਚੀ ਜੇ ਬੰਦਾ ਆਪਣੇ ਆਪ ਨੂੰ ਪਛਾਣ ਲਏ, ਉਹਦਾ ਕੋਈ ਨਾਪ ਤੋਲ, ਵਜ਼ਨ ਜਾਂ ਸਮਰੱਥਾ ਹੈਗੀ ਆ ਉਹਦੀ ਅਨਲਿਮਿਟਡ ਹੁੰਦੀ ਹੈਗੀ ਹੈ। ਅਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਸਿਰਫ ਅਤੇ ਸਿਰਫ ਆਪਣੇ ਸਬੱਬ ਬਸ ਆਪਣੇ ਮਾਪਿਆਂ ਦੇ ਘਰ ਤਾਂ ਪੈਦਾ ਹੁੰਦਾ, ਪਰ ਮਾਪੇ ਨਾ ਤਾਂ ਪਾਣੀ ਬਣਾਉਂਦੇ ਨੇ, ਨਾ ਹੀ ਆਕਸੀਜਨ ਬਣਾਉਂਦੇ ਨੇ, ਅਤੇ ਇੱਥੋਂ ਤੱਕ ਅਸੀਂ ਬਚਪਨ ਤੋਂ ਲੈ ਕੇ ਹਾਸਲ ਉਮਰ ਤੱਕ ਸਮਾਜ ਤੋਂ ਲੈ ਕੇ ਇੰਨੇ ਵੱਡਾ ਹੋਇਆ। ਹੁਣ ਜਿਵੇਂ ਸਿੱਖਿਆ ਦੀ ਗੱਲ ਕਰੀਏ, ਸਿੱਖਿਆ ਦੇ ਵਿੱਚ ਮੇਰੇ ਪਹਿਲੇ ਅਧਿਆਪਕ ਦਾ ਵੀ ਯੋਗਦਾਨ ਹੈ, ਆਖਰੀ ਸਮੇਂ ਤੱਕ ਜਿਹਨਾਂ ਅਧਿਆਪਕਾਂ ਨੇ ਮੈਨੂੰ ਪੜ੍ਹਾਇਆ ਉਹਨਾਂ ਦਾ ਯੋਗਦਾਨ ਹੈਗਾ, ਕਿਤਾਬਾਂ ਦਾ ਯੋਗਦਾਨ ਹੈਗਾ, ਪਬਲਿਸ਼ਰਾਂ ਦਾ ਯੋਗਦਾਨ ਹੈਗਾ, ਅਖਬਾਰਾਂ ਦਾ ਯੋਗਦਾਨ ਹੈਗਾ, ਹੋਰ ਸਮਾਜ ਦੇ ਚੰਗੇ ਚੰਗੇ ਲੋਕਾਂ ਦਾ ਯੋਗਦਾਨ ਹੈਗਾ ਜਿਨ੍ਹਾਂ ਕੋਲੋਂ ਕੁਛ ਨਾ ਕੁਛ ਸਿੱਖਿਆ। ਕੁੱਲ ਮਿਲਾ ਕੇ ਇੱਕ ਮਨੁੱਖ ਹੈ ਜਿਹੜਾ ਉਹ ਸਮਾਜ ਦੀ ਉਹਦੇ 'ਤੇ ਬੇਹੱਦ ਊਰਜਾ ਲੱਗੀ ਹੋਈ ਹੁੰਦੀ ਹੈਗੀ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਹਿਊਮਨ ਬੀਂਗ ਦੇ ਤੌਰ 'ਤੇ ਪਛਾਣੀਏ, ਅਤੇ ਨਾਲ ਦੀ ਨਾਲ ਅਸੀਂ ਇਹ ਜ਼ਰੂਰ ਕਰੀਏ ਕਿ ਅਸੀਂ ਜਿੰਨਾ ਕੁ ਇਸ ਸਮਾਜ ਦੇ ਵਿੱਚ ਆਪਣੀ ਦਖਲ ਅੰਦਾਜ਼ੀ ਕਰ ਸਕਦੇ ਹਾਂ, ਅਸੀਂ ਕਿਸੇ ਦਾ ਦਰਦ ਮਿਟਾ ਸਕਦੇ ਹਾਂ, ਅਸੀਂ ਕਿਸੇ ਦੇ ਨਾਲ ਹਮਦਰਦੀ ਕਰ ਸਕਦੇ ਹਾਂ, ਇਹ ਜ਼ਰੂਰ ਕਰਨੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ। ਸੋ ਸਰ ਨੇ ਆਪਣੇ ਦਿਲ ਦੀਆਂ ਜੋ ਗੱਲਾਂ ਸੀ ਉਹ ਆਪਣੇ ਨਾਲ ਸਾਂਝੀਆਂ ਕੀਤੀਆਂ। ਬਹੁਤ ਹੀ ਚੰਗੇ ਇਨਸਾਨ ਆ, ਹਮੇਸ਼ਾ ਸੇਵਾ ਭਾਵਨਾ ਦੀ ਗੱਲ ਕਰਦੇ, ਸੋ ਇਹਨਾਂ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਮੈਨੂੰ ਉਮੀਦ ਆ ਕਿ ਤੁਹਾਨੂੰ ਵੀ ਇਹ ਇੰਟਰਵਿਊ ਜ਼ਰੂਰ ਪਸੰਦ ਆਈ ਹੋਊਗੀ। ਸੋ ਗੁਰਪ੍ਰੀਤ ਕੌਰ ਭੰਗੂ ਮੈਮ ਦੀਆਂ ਤੁਸੀਂ ਇੰਟਰਵਿਊਜ਼ ਅਕਸਰ ਸੁਣਦੇ ਰਹਿੰਦੇ ਹੋ, ਸੋ ਇਹ ਇਨਸਾਨ ਆ ਉਹਨਾਂ ਨੂੰ ਉਹਨਾਂ ਦੀ ਜਿਹੜੀ ਆਪਾਂ ਬੁਲੰਦੀ ਨੂੰ ਦੇਖਦੇ ਹਾਂ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਬਾਕੀ ਸਮਾਜ ਲਈ ਜੋ ਇਹ ਸੇਵਾ ਕਰ ਰਹੇ ਆ ਉਹਨੂੰ ਸਲੂਟ ਬਣਦਾ। ਸੋ ਇਸ ਵੀਡੀਓ ਹੇਠਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ, ਅਤੇ ਨਾਲ ਦੀ ਨਾਲ ਜੇਕਰ ਤੁਹਾਨੂੰ ਇਹਨਾਂ ਦੇ ਕੀਤੇ ਕੰਮ ਚੰਗੇ ਲੱਗੇ, ਇਹਨਾਂ ਦੀਆਂ ਗੱਲਾਂ ਚੰਗੀਆਂ ਲੱਗੀਆਂ, ਵੀਡੀਓ ਨੂੰ ਲਾਈਕ ਕਰੋ, ਅਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਸਰ ਬਾਰੇ ਜਾਣ ਸਕਣ। ਸੋ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ, ਅਤੇ ਜੇਕਰ ਤੁਸੀਂ ਆਪਣੇ ਚੈਨਲ ਨੂੰ ਅਜੇ ਨਹੀਂ ਸਬਸਕ੍ਰਾਈਬ ਕੀਤਾ, ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਸੋ ਇੰਨੇ ਸ਼ਬਦ ਨਾਲ ਮੈਨੂੰ ਜਗਮੀਤ ਬਰਾੜ ਅਤੇ ਸਰਦਾਰ ਸਵਰਨ ਸਿੰਘ ਭੰਗੂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।